ਤੇਰੀ ਗੱਲ ਚ ਬੋਲਿਆ ਨੀ ਫੌਜੀ ਬੋਲੀ ਨਾ, ਤੇਰੀ ਗੱਲ ਚ ਬੋਲਿਆ ਨੀ ਫੌਜੀ ਬੋਲੀ ਨਾ। ਅਕਾਲੀ ਦਲ ਦਾ ਤਾਂ ਕੋਈ ਇਹਦੇ ਚ ਆਮ ਆਦਮੀ ਪਾਰਟੀ ਦਾ ਖਤਮ ਹੋ ਗਈ ਜੀ ਹੁਣ। ਅਸੀਂ ਤਾਂ ਦੋਨਾਂ ਸਰਕਾਰਾਂ ਤੋਂ ਖੁਸ਼ ਨਹੀਂ ਹੈਗੇ, ਕੋਈ ਵਾਅਦਾ ਨਹੀਂ ਉਹਨਾਂ ਦਾ ਪੂਰਾ ਹੋਇਆ ਅੱਜ ਤੱਕ। ਜਿਹੜੀ ਵੀ ਸਰਕਾਰ ਆਉਂਦੀ ਹੈ ਉਹ ਖਾਣ ਦੀ ਲੱਗਦੀ ਹੈ। ਸੌ ਖਾ ਖਾ ਕੇ ਗੁਟਕਾ ਸਾਹਿਬ ਦੀ ਸੌ ਖਾਧੀ ਇਹਨਾਂ ਨੇ, ਅਸੀਂ ਐਂ ਕਰਾਂਗੇ ਉਹ ਕਰਾਂਗੇ, ਕੁਛ ਨਹੀਂ ਕਰਦੇ ਜੀ। ਬਿਸ਼ੱਕ ਬੀਜੇਪੀ ਦਾ ਬੰਦਾ ਹੋਰ ਕੋਈ ਬਣ ਜਾਏ, ਲੇਕਿਨ ਮੋਦੀ ਨਹੀਂ ਬਣਨਾ ਚਾਹੀਦਾ। ਸ਼ਰਮ ਆਉਂਦੀ ਹੈ ਵੀ ਇਹ ਕਿੱਦਾਂ ਦੇ ਕਿਹੜੇ ਮੂੰਹ ਨਾਲ ਵੋਟਾਂ ਮੰਗ ਲੈਂਦੇ ਨੇ ਆ ਕੇ। ਗੱਪਾਂ ਮਰਨ ਦਾ ਸ਼ੌਕੀਨ ਹੈ ਜੀ ਮੋਦੀ ਸਾਹਿਬ। 80% ਕੰਮ ਨਾਗਰਾ ਸਾਹਿਬ ਨੇ, ਅਕਾਲੀਆਂ ਦੇ ਫਤਿਹਗੜ੍ਹ ਸਾਹਿਬ ਦੇ ਵਿੱਚ ਮੌਜੂਦਾ ਇੱਕ ਇੱਟ ਵੀ ਨਹੀਂ ਲਾਈ ਅੱਜ ਤੱਕ। ਪੰਜਾਬ ਦੇ ਵਿੱਚ ਸਿਆਸੀ ਅਖਾੜਾ ਭਖਿਆ ਹੋਇਆ ਕਿਉਂਕਿ 19 ਮਈ ਨੂੰ ਵੋਟਾਂ ਪੈਣਗੀਆਂ ਅਤੇ 23 ਮਈ ਨੂੰ ਨਤੀਜੇ ਆਉਣਗੇ। ਪੰਜਾਬ ਦੀ ਹਰ ਇੱਕ ਸੀਟ 'ਤੇ ਬਹੁਤ ਰੋਚਕ ਮੁਕਾਬਲਾ ਵੇਖਣ ਨੂੰ ਮਿਲੇਗਾ। ਅੱਜ ਅਸੀਂ ਜਿਸ ਸੀਟ ਬਾਰੇ ਗੱਲ ਕਰਾਂਗੇ, ਜਿਸਦਾ ਸੂਰ ਤਿਉਹਾਰ ਜਾਣ ਲਈ ਅਸੀਂ ਪਹੁੰਚੀਆਂ, ਉਹ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਸੀਟ। ਸਤਿ ਸ਼੍ਰੀ ਅਕਾਲ, ਮੈਂ ਅਮਨਪ੍ਰੀਤ ਕੌਰ, ਅਕਾਲ ਚੈਨਲ ਵੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਅੱਜ ਅਸੀਂ ਜਾਣਾਂਗੇ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਸੀਟ ਬਾਰੇ, ਇੱਥੋਂ ਦਾ ਕੀ ਹਾਲ ਹੈ, ਜਨਤਾ ਕੀ ਚਾਹੁੰਦੀ ਹੈ। ਪਹਿਲਾਂ ਜਾਣਦੇ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਬਾਰੇ। ਸ਼੍ਰੀ ਫਤਿਹਗੜ੍ਹ ਸਾਹਿਬ ਧਰਤੀ ਨੂੰ ਸ਼ਹੀਦਾਂ ਦੀ ਧਰਤੀ ਕਿਹਾ ਜਾਂਦਾ ਕਿਉਂਕਿ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਇੱਥੇ ਹਰ ਸਾਲ ਸ਼ਹੀਦੀ ਜੋੜ ਮੇਲ ਲੱਗਦਾ ਹੈ ਅਤੇ ਸੰਗਤਾਂ ਵੱਲੋਂ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ ਕੀਤਾ ਜਾਂਦਾ। ਜੇਕਰ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਸਿਆਸਤ ਦੇ ਪੱਖੋਂ ਵੀ ਇਹ ਬਹੁਤ ਅਹਿਮੀਅਤ ਰੱਖਦੀ ਹੈ ਕਿਉਂਕਿ ਸਾਰੀਆਂ ਹੀ ਪਾਰਟੀਆਂ ਵੱਲੋਂ ਆਪਣੇ ਦਿੱਗਜ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ। ਕਾਂਗਰਸ ਦੇ ਵੱਲੋਂ ਡਾਕਟਰ ਅਮਰ ਸਿੰਘ, ਸ਼੍ਰੋਮਣੀ ਅਕਾਲੀ ਦਲ ਵੱਲੋਂ ਦਰਬਾਰਾ ਸਿੰਘ ਗੁਰੂ, ਆਪ ਦੇ ਵੱਲੋਂ ਬਨੀ ਦੁੱਲੋ ਅਤੇ PDA ਦੇ ਵੱਲੋਂ ਮਨਵਿੰਦਰ ਸਿੰਘ ਗਿਆਸਪੁਰਾ ਚੋਣ ਮੈਦਾਨ ਦੇ ਵਿੱਚ ਨੇ, ਜਿਨ੍ਹਾਂ ਦੇ ਵੱਲੋਂ ਆਪਣੇ ਵਿਰੋਧੀਆਂ ਨੂੰ ਪੂਰੀ ਟੱਕਰ ਦਿੱਤੀ ਜਾਵੇਗੀ। ਸੋ ਇਹ ਤਾਂ ਸੀ ਉਮੀਦਵਾਰਾਂ ਦੀ ਗੱਲ, ਪਰ ਮੇਨ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਉਹਨਾਂ ਦਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਜਨਤਾ 'ਤੇ ਕੀ ਅਸਰ ਹੈ ਅਤੇ ਕੇਂਦਰ ਸਰਕਾਰ ਦੇ ਬਾਰੇ ਇੱਥੋਂ ਜਨਤਾ ਕੀ ਸੋਚਦੀ ਹੈ, ਕਿਹੜੇ ਮੁੱਦੇ ਨੇ ਵਿਕਾਸ ਦੇ, ਬੇਰੁਜ਼ਗਾਰੀ ਦੇ, ਜਾਂ ਫਿਰ ਜੋ ਲੀਡਰਾਂ ਨੇ ਵੱਡੇ ਵੱਡੇ ਵਾਅਦੇ ਕੀਤੇ ਸਨ ਉਹ ਕਿੰਨੇ ਕੁ ਪੂਰੇ ਕੀਤੇ ਨੇ। ਜੇਕਰ ਵਾਅਦਿਆਂ ਦੀ ਗੱਲ ਕੀਤੀ ਜਾਵੇ ਤਾਂ ਸੈਂਟਰ ਦੀ ਸਰਕਾਰ ਵੱਲੋਂ ਅਤੇ ਪੰਜਾਬ ਦੀ ਸਰਕਾਰ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਗਏ ਨੇ, ਪਰ ਇਹ ਤਾਂ ਹੁਣ ਜਨਤਾ ਹੀ ਦੱਸੇਗੀ ਕਿ ਆਖਰ ਉਹਨਾਂ ਵਾਅਦਿਆਂ ਦੇ ਵਿੱਚ ਕਿੰਨੇ ਕੁ ਸੱਚਾਈ ਸੀ ਅਤੇ ਕਿੰਨੇ ਵਾਅਦੇ ਪੂਰੇ ਕੀਤੇ ਗਏ ਨੇ। ਸੋ ਫਿਰ ਜਾਣਦੇ ਹਾਂ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਜਨਤਾ ਤੋਂ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਸੂਰਤ ਹਾਲ। ਪੰਜਾਬ ਦੇ ਵਿੱਚ ਸਿਆਸੀ ਅਖਾੜਾ ਇਸ ਤਮਾਂ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਕਿਉਂਕਿ ਚੋਣਾਂ ਨੂੰ ਸਿਰਫ ਕੁਝ ਦਿਨ ਹੀ ਬਾਕੀ ਨੇ ਅਤੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਨਾਲ ਗਰਮਾਈ ਹੋਈ ਹੈ। ਅਸੀਂ ਨੌਜਵਾਨਾਂ ਤੋਂ ਗੱਲ ਪੁੱਛਾਂਗੇ ਕਿ ਇਹਨਾਂ ਦੇ ਕਿਹੜੇ ਮੁੱਦੇ ਨੇ ਅਤੇ ਇਸ ਕਿਸ ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨਗੇ। ਹਾਂਜੀ, ਕਿਸ ਕੈਂਡੀਡੇਟ ਨੂੰ ਵੋਟ ਪਾਓਗੇ? ਦੇਖੋ, ਵੋਟ ਤਾਂ ਕਾਂਗਰਸ ਨੂੰ ਹੀ ਪਾਉਣੀ ਚਾਹੀਦੀ ਆ ਕਿਉਂਕਿ ਕਾਂਗਰਸ ਨੇ ਬਹੁਤ ਵਧੀਆ ਕੰਮ ਕਰੇ ਨੇ। ਜਿਹੜੇ ਬਾਕੀ ਉਮੀਦਵਾਰ ਉਹਨਾਂ ਬਾਰੇ ਤੁਹਾਡੇ ਕੀ ਵਿਚਾਰ ਨੇ? ਹਾਂ, ਬਾਕੀ ਵਿਚਾਰ ਇੱਦਾਂ ਵੀ ਕਿ ਬਾਕੀ ਉਮੀਦਵਾਰ ਵਧੀਆ, ਹਰੇਕ ਪਾਰਟੀ ਆਪਣੇ ਆਪਣੇ ਉਮੀਦਵਾਰ ਕੈਂਡੀਡੇਟ ਖੜ੍ਹੇ ਕਰਦੀ ਆ, ਤਾਂ ਲੋਕਾਂ ਨੂੰ ਸੋਚਣਾ ਚਾਹੀਦਾ, ਜਿੱਥੇ ਕਿਸੇ ਦਾ ਮਨ ਬਣਦਾ ਉੱਥੇ ਵੋਟ ਪਾਉਣਾ। ਤੁਸੀਂ ਕੀ ਸੋਚ ਕੇ ਕਾਂਗਰਸ ਨੂੰ ਵੋਟ ਪਾ ਰਹੇ ਹੋ? ਦੇਖੋ, ਵੋਟਾਂ ਤਾਂ ਇੱਦਾਂ ਵੀ ਕਿ ਕਾਂਗਰਸ ਨੇ, ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਵਾਅਦੇ ਕਰੇ ਸੀਗੇ ਉਹ ਵਾਅਦੇ ਪੂਰੇ ਕਰੇ ਨੇ। ਕਰਜ਼ਾ ਮਾਫ਼ੀ ਦਾ ਵਾਅਦਾ ਸੀਗਾ ਉਹ ਵੀ ਕਿਸਾਨਾਂ ਨਾਲ ਪੂਰਾ ਕਰਿਆ, ਔਰ ਜਿੰਨੇ ਨੌਜਵਾਨਾਂ ਨਾਲ ਨੌਕਰੀਆਂ ਦੇ ਵਾਅਦੇ ਸੀਗੇ, ਰੁਜ਼ਗਾਰ ਮਿਲਿਆ ਉਹਨਾਂ ਨੂੰ, ਕੁਛ ਨੂੰ ਮਿਲਿਆ ਔਰ ਕੁਛ ਨੂੰ ਮਿਲ ਵੀ ਜਾਣਾ ਥੋੜ੍ਹੇ ਸਮੇਂ ਦੇ ਵਿੱਚ। ਜਿਹੜੇ PDA ਦੇ ਉਮੀਦਵਾਰ ਹੈ ਮਨਵਿੰਦਰ ਸਿੰਘ ਗਿਆਸਪੁਰਾ, ਉਹਨਾਂ ਦਾ ਮੁਕਾਬਲਾ ਤੁਸੀਂ ਦੇਖਦੇ ਹੋ? ਹਾਂ, ਸੁਣਨ 'ਚ ਆਇਆ ਮਨਵਿੰਦਰ ਸਿੰਘ ਗਿਆਸਪੁਰਾ ਨੇ ਬਹੁਤ ਵਧੀਆ ਵੀ ਕੰਮ ਕਰੇ ਨੇ, ਵੀ ਮਤਲਬ ਜਿਵੇਂ 84 ਦੇ ਦੰਗਿਆਂ 'ਚ ਉਹਨਾਂ ਨੇ ਹਰਿਆਣੇ 'ਚ ਉੱਥੇ ਸਪੋਰਟ ਕਰੀ ਹੈ, ਉਹਨਾਂ ਨੂੰ ਜਾ ਕੇ 84 ਦੇ ਦੰਗਿਆਂ ਪਿੱਛੇ ਸੱਚਾਈ ਦਾ ਸਾਹਮਣਾ ਕਰਵਾਇਆ। ਅਕਾਲੀ ਦਲ ਨੂੰ ਕਿੱਥੇ ਸਟੈਂਡ ਕਰਦੇ ਹੋ? ਅਕਾਲੀ ਦਲ ਦਾ ਤਾਂ ਕੋਈ ਇਹਦੇ 'ਚ, ਅਕਾਲੀ ਦਲ ਨੂੰ ਪਤਾ ਵੀ ਅਸੀਂ ਕਿੰਨੇ ਮਾੜੇ ਲੋਕਾਂ ਨਾਲ ਵਿਚਾਰ ਪ੍ਰਗਟ ਕਰੇ ਉਹਨੇ, ਬਰਗਾੜੀ ਮੋਰਚੇ 'ਚ ਉਰੇ ਬਹੁਤ ਉਹਨਾਂ ਨੇ ਨੁਕਸਾਨ। ਮਤਲਬ ਤੁਹਾਡਾ ਹੱਕ ਕਾਂਗਰਸ ਪਾਰਟੀ ਦਾ? ਹਾਂ, ਕਾਂਗਰਸ ਪਾਰਟੀ। ਕਿਸ ਪਾਰਟੀ ਦੇ ਹੱਕ ਦੇ ਵਿੱਚ ਵੋਟ ਪਾਓਗੇ, ਕਿਸ ਉਮੀਦਵਾਰ ਨੂੰ ਸਪੋਰਟ ਕਰੋਗੇ? ਅਸੀਂ ਕਾਂਗਰਸ ਨੂੰ ਸੋਚ ਰਹੇ ਜੀ ਇਸ ਵਾਰ। ਕਿਉਂ? ਕਾਂਗਰਸ ਹੁਣ ਕਿਉਂਕਿ ਉਹਨਾਂ ਦੀ ਸਰਕਾਰ ਸੁਣ ਰਹੇ ਹਾਂ ਕਿ ਜਿਹੜੇ ਜਿੱਤ ਰਹੇ ਆ ਉਹਨੂੰ ਪਾਵੋ, ਵਧੀਆ ਗੱਲ ਆ ਜੀ। ਕਿ ਜੋ ਤੁਹਾਡੇ ਕੋਈ ਆਪਣੇ ਮੁੱਦੇ ਹੈਗੇ ਵੀ ਨੌਜਵਾਨ ਪੀੜ੍ਹੀ ਕੀ ਚਾਹੁੰਦੇ, ਨੌਜਵਾਨ ਕੀ ਚਾਹੁੰਦਾ? ਹਾਂਜੀ, ਨੌਜਵਾਨਾਂ ਨੂੰ ਐਵੇਂ ਹੀ ਨੌਕਰੀ ਮਿਲਣੀ ਚਾਹੀਦੀ ਜੀ, ਪੜ੍ਹ ਕੇ ਵੀ ਨੌਕਰੀ ਨਹੀਂ ਮਿਲਦੀ ਅੱਗੇ, ਔਖਾ ਹੋਇਆ ਹੋਇਆ ਜੀ। ਬਾਕੀ ਹੋਰ ਵੀ ਕਈ ਕੰਮ ਨੇ ਜਿਵੇਂ ਕਈ ਬਹੁਤ ਕੁਝ ਪਿਆ। ਸ਼੍ਰੋਮਣੀ ਅਕਾਲੀ ਦਲ ਦਾ ਮੁਕਾਬਲਾ ਹੈ ਕਾਂਗਰਸ ਨਾਲ, ਸੋਚਦੇ ਹੋ? ਇਸ ਟਾਈਮ ਨਹੀਂ ਹੈਗਾ ਜੀ ਕੋਈ। ਆਮ ਆਦਮੀ ਪਾਰਟੀ ਤੇ PDA ਕਿੱਥੇ ਸਟੈਂਡ ਕਰਦੀ ਹੈ? ਨਹੀਂ, ਆਮ ਆਦਮੀ ਪਾਰਟੀ ਦਾ ਖਤਮ ਹੋ ਗਈ ਜੀ ਹੁਣ। ਮਤਲਬ ਤੁਹਾਡਾ ਮੰਨਣਾ ਹੈ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਕੋਈ ਵੀ ਵਜੂਦ ਨਹੀਂ ਰਿਹਾ ਤੇ ਮਨਵਿੰਦਰ ਭਗਵੰਤ ਮਾਨ ਦਾ ਰਹਿ ਗਿਆ ਥੋੜਾ ਜਿਹਾ ਹਜੇ?
ਮਤਲਬ ਇੱਕ ਕਲਾਕਾਰ ਕਰਕੇ ਇੱਕ ਲੀਡਰ ਵਜੋਂ? ਨਹੀਂ, ਉਹ ਭਾਸ਼ਣ ਬਹੁਤ ਵਧੀਆ ਹੁੰਦਾ ਜੀ। ਸਿਰਫ ਭਾਸ਼ਣ ਸੁਣਨ ਕਰਕੇ? ਭਾਸ਼ਣ ਵੀ ਇੱਕ ਐਵੇਂ ਨਹੀਂ, ਫਿਰ ਉਹ ਗੱਲਾਂ ਬਾਤਾਂ, ਲੋਕ ਰੈਲੀ ਜਿਹੜੇ ਜੁੜਦੇ ਨੇ, ਜਿਹਨਾਂ ਨੂੰ ਗੱਲਾਂ ਕਰਨੀਆਂ ਆਉਂਦੀਆਂ, ਵੋਟ ਵੀ ਅਗਲਾ ਨਹੀਂ ਪਾਉਂਦਾ ਜੀ। ਆਮ ਆਦਮੀ ਪਾਰਟੀ ਤਾਂ ਆਪਸ 'ਚ ਪਾਰਟੀ ਫਿਰਦੀ ਆ, ਉਹਨਾਂ ਨੇ ਲੋਕਾਂ ਨੂੰ ਇੱਥੇ ਕੀ ਇਕੱਠ ਕਰਕੇ, ਉਹਨਾਂ ਨੇ ਲੋਕਾਂ ਦਾ ਕੀ ਫਾਇਦਾ ਕਰਨਗੇ? ਉਹ ਤਾਂ ਆਪਸ 'ਚ ਪਾਰਟੀ ਫਿਰਦੇ ਨੇ, ਲੀਡਰ ਉਹਨਾਂ ਦੇ ਅਲੱਗ ਅਲੱਗ ਹੋਏ ਫਿਰਦੇ ਨੇ। ਇਹ MP ਸੀਗੇ ਫਤਿਹਗੜ੍ਹ ਸਾਹਿਬ ਤੋਂ, ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? MP ਦਾ ਉਰੇ ਆਮ ਆਦਮੀ ਪਾਰਟੀ ਦੇ ਸੀਗੇ ਹਰਿੰਦਰ ਸਿੰਘ ਖਾਲਸਾ, ਉਹਨਾਂ ਬਾਰੇ ਕੀ ਕਹਿਣਾ? ਉਹ ਤਾਂ ਵੋਟਾਂ ਲੈਣ ਵੇਲੇ ਵੀ ਨਹੀਂ ਆਏ ਪਿੰਡ 'ਚੋਂ, ਉਹ ਤਾਂ ਵੈਸੇ ਆਮ ਆਦਮੀ ਪਾਰਟੀ ਦੀ ਤਾਜ਼ੀ ਤਾਜ਼ੀ ਹਵਾ ਸੀਗੀ, ਉਹ ਤਾਂ ਉਂਝੀ ਤੁੱਕਾ ਲੱਗ ਗਿਆ ਕੁਦਰਤੀ, ਉਹ ਮੁੜ ਕੇ ਉਰੇ ਆਏ ਨਹੀਂ ਹੈ, ਉਹ ਤਾਂ ਧੰਨਵਾਦ ਕਰਨੀ ਆਏ ਲੋਕਾਂ ਦਾ, ਤਾਂ ਹੁਣ ਪਤਾ ਲੱਗਿਆ ਵੀ ਭਾਜਪਾ 'ਚ ਉਹ ਤਾਂ ਸ਼ਾਮਿਲ ਹੋ ਗਏ ਜਾ ਕੇ। ਤੁਸੀਂ ਕੀ ਸੋਚਦੇ ਹੋ ਫਤਿਹਗੜ੍ਹ ਸਾਹਿਬ ਦੇ ਵਿੱਚ ਕਿਸ ਪਾਰਟੀ ਦੀ ਹਵਾ? ਇਸ ਟਾਈਮ 'ਤੇ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਅਕਾਲੀ ਦਲ ਚੱਲ ਰਹੀ ਹੈ ਉੱਥੇ, ਕਿਉਂਕਿ ਅਕਾਲੀ ਦਲ ਦੇ ਆਪਣੇ ਇੱਧਰ ਵੋਟਰਸ ਬਹੁਤ ਨੇ, ਅਤੇ ਜਿਵੇਂ ਉਹਨਾਂ ਦਾ ਪ੍ਰਚਾਰ, ਚੋਣ ਪ੍ਰਚਾਰ ਚੱਲ ਰਿਹਾ, ਉਹਦੇ ਹਿਸਾਬ ਨਾਲ ਕਹਿ ਸਕਦੇ ਵੀ ਅਕਾਲੀ ਦਲ ਦਾ ਜ਼ਿਆਦਾ ਜ਼ੋਰ ਹੈ ਇੱਥੇ। ਅਕਾਲੀ ਦਲ ਦਾ ਕਿਸ ਪਾਰਟੀ ਨਾਲ ਤੁਸੀਂ ਮੁਕਾਬਲਾ ਮੰਨਦੇ? ਟੱਕਰ 'ਚ ਕਿਹੜੀ ਪਾਰਟੀ ਹੈ, ਕਾਂਗਰਸ, PDA, ਆਮ ਆਦਮੀ ਪਾਰਟੀ? ਇਸ ਟਾਈਮ ਤਾਂ ਜੀ ਕਾਂਗਰਸ ਚੱਲ ਰਹੀ ਹੈ, ਕਿਉਂਕਿ ਜਿਵੇਂ ਪਿਛਲੀ ਵਾਰ ਕਾਂਗਰਸ ਨਾਲ ਸਰਕਾਰ ਆਈ ਸੀਗੀ, ਉਸ ਹਿਸਾਬ ਨਾਲ ਇਹ ਦੋਨੇ ਬੈਲੈਂਸ ਦੇ ਵਿੱਚ ਚੱਲ ਰਹੀਆਂ ਨੇ। ਜਿਵੇਂ ਕਿ ਆਪਣੀ ਕਾਂਗਰਸ ਪਾਰਟੀ ਆ, ਇਸ ਪਿਛਲੀ ਵਾਰ ਇਹਨਾਂ ਦੇ ਵਿਜੇਤਾ ਆਏ ਸੀਗੇ, ਉਸ ਹਿਸਾਬ ਨਾਲ ਫਿਰ ਆਪਾਂ ਦੇਖ ਸਕਦੇ ਹਾਂ ਵੀ ਇਹਨਾਂ ਦੋਨਾਂ ਦੇ ਵਿਚਕਾਰ ਪੂਰਾ ਕੰਪੀਟੀਸ਼ਨ ਐਤਕੀ ਵੀ ਰਹਿ ਸਕਦੇ ਇਹਨਾਂ ਨਾਲ। ਅਤੇ ਆਮ ਆਦਮੀ ਪਾਰਟੀ ਅਤੇ PDA ਦਾ ਬਾਰੇ ਕੀ ਸਮਝਦੇ ਹੋ, ਕਿੱਥੇ ਸਟੈਂਡ ਕਰਦੀਆਂ ਨੇ? ਆਮ ਆਦਮੀ ਪਾਰਟੀ ਉਹਨਾਂ ਜਿਵੇਂ ਭਗਵੰਤ ਮਾਨ ਨੇ, ਉਹਨਾਂ ਨੇ ਤਾਂ ਕਰਿਆ ਆਪਣੀ ਪਾਰਟੀ ਲਈ ਖਾਸਾ ਕੰਮ ਕਰਿਆ, ਜਿਵੇਂ ਆਪਣੇ ਅਸੈਂਬਲੀ 'ਚ ਵੀ ਜਾ ਕੇ ਬੋਲਦੇ ਰਹੇ ਨੇ ਅਤੇ ਜਿਹੜੇ ਨਾਲ ਉਹਨਾਂ ਦੇ ਜਾਂਦੇ ਰਹੇ ਨੇ, ਪਰ ਮੈਨੂੰ ਲੱਗਦਾ ਨਹੀਂ ਵੀ ਇਹ ਆਪਣੇ ਜਿਹੜੇ ਆਊਗੀ। ਨੌਜਵਾਨਾਂ ਦਾ ਬੇਰੋਜ਼ਗਾਰੀ ਸਭ ਤੋਂ ਵੱਡਾ ਮੁੱਦਾ ਇਸ ਟਾਈਮ ਦੇ ਵਿੱਚ, ਇਸ ਵਾਰ ਤੁਸੀਂ ਕੀ ਕਹਿਣਾ ਚਾਹੁੰਦੇ, ਜਿਹੜੇ ਵੀ ਉਮੀਦਵਾਰ ਤੁਸੀਂ ਵੋਟ ਪਾਓਗੇ ਬੇਰੋਜ਼ਗਾਰ ਦਾ ਮੁੱਦਾ ਸੋਚ ਕੇ ਵੋਟ ਪਾਓਗੇ? ਉਹ ਤਾਂ ਹੈ ਹੀ, ਕਿਉਂਕਿ ਆਪਣੇ ਅੱਜ ਕੱਲ੍ਹ ਆਪਾਂ ਦੇਖ ਰਹੇ ਹਾਂ ਵੀ ਜਿਵੇਂ ਆਪਣੇ ਉਰੇ ਬੇਰੁਜ਼ਗਾਰੀ ਹੈ, ਸਾਰੇ ਨੌਜਵਾਨ ਪੜ੍ਹ ਕੇ ਮੇਨਲੀ ਉਹਨਾਂ ਦਾ ਕੰਮ ਬਾਹਰ ਜਾਣ ਦਾ, ਉਹਨਾਂ ਨੇ ਬਾਹਰ ਫੋਕਸ ਕਰਿਆ ਹੋਇਆ। ਜੇ ਕਿਤੇ ਉਰੇ ਰੁਜ਼ਗਾਰ ਖੁੱਲ੍ਹਦਾ, ਜਿਹੜੀ ਵੀ ਆਪਣੀ ਕੋਈ ਪਾਰਟੀ ਆਉਂਦੀ ਹੈ ਜੇ ਆਪਾਂ ਨੂੰ ਰੁਜ਼ਗਾਰ ਖੁੱਲ੍ਹ ਕੇ ਦਿੰਦੀ ਆ, ਤਾਂ ਫਿਰ ਆਪਾਂ ਉਹਦੇ ਨਾਲ ਰਲਾਂਗੇ ਅਤੇ ਉਹਨੂੰ ਸਾਥ ਦੇਵਾਂਗੇ ਆਪਣਾ। ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਪਰ ਕੁਛ ਇੱਦਾਂ ਦੀ ਗੱਲ ਹੁੰਦੀ ਹੈ ਵੀ ਕੁਛ ਪਾਰਟੀ ਨਾਲ ਪੱਕੇ ਜੁਆਇੰਟ ਬੰਦੇ ਹੁੰਦੇ ਨੇ, ਉਹਨਾਂ ਨੂੰ ਕੋਈ ਮਤਲਬ ਕਿਸੇ ਕੈਂਡੀਡੇਟ ਤੱਕ ਮਤਲਬ ਨਹੀਂ ਹੈਗਾ। ਜਿਹੜੇ ਆਮ ਕੁਛ ਲੋਕ ਨੇ ਉਹ ਦੇਖਦੇ ਨੇ ਵੀ ਦੇਸ਼ ਦੇ ਵਿੱਚ ਕਿਸ ਸਰਕਾਰ ਨੇ ਕੀ ਕੀਤਾ, ਹੁਣ ਪਹਿਲੀਆਂ ਸਰਕਾਰਾਂ ਦੇ ਨਾਲੋਂ ਤਕਰੀਬਨ ਇਹ ਸਰਕਾਰ BJP ਦੀ ਪਹਿਲਾਂ ਵੀ ਠੀਕ ਰਹੀ ਸੀਗੀ ਜਦੋਂ ਆਈ ਆ, ਹੁਣ ਤਾਂ ਵੈਸੇ ਉਹਨਾਂ ਤੋਂ ਵੀ ਜ਼ਿਆਦਾ ਬਿਹਤਰ, ਇਹਨਾਂ ਦਾ ਰਿਜ਼ਲਟ ਤਕਰੀਬਨ ਠੀਕ। ਨੋਟਬੰਦੀ ਹੋਈ ਸੀਗੀ, ਉਸਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਨੋਟਬੰਦੀ ਦੇ ਵਿੱਚ ਦੇਖੋ ਜਿੰਨੀ ਆਮ ਜਨਤਾ ਹੈ ਛੋਟੀ, ਇਹਨਾਂ ਕੋਈ ਫਰਕ ਨਹੀਂ ਪਿਆ, ਕਿਉਂਕਿ ਇਹਨਾਂ ਕੋਲ ਦੋ ਚਾਰ ਚਾਰ ਨੋਟ ਤਾਂ ਹੈਗੇ ਤੇ 500 ਦੇ, ਉਹ ਬਦਲੇ ਗਏ ਸੀਗੇ। ਬਾਕੀ ਇਹ ਉਹਨਾਂ ਨੂੰ ਤਕਲੀਫ ਹੋਈ ਆ ਜਿਹਨਾਂ ਦੇ ਰੁਪਈਏ ਦੋ ਨੰਬਰ ਵਾਲੇ ਸੁੱਟਣੇ ਪਏ, ਜਿਹਨਾਂ ਦਾ ਰੋਜ਼ ਦਾ ਲੱਖਾਂ ਦਾ ਬਿਜ਼ਨਸ ਵਗੈਰਾ ਹੁੰਦਾ ਸੀ। ਅਤੇ ਫਤਿਹਗੜ੍ਹ ਸਾਹਿਬ ਦੇ ਵਿੱਚੋਂ ਤੁਸੀਂ ਕਿਸਦੇ ਹੱਕ ਦੇ ਵਿੱਚੋਂ? ਦੇਖੋ ਹੱਕ ਦੇ ਵਿੱਚ ਤੁਹਾਨੂੰ ਮੈਂ ਜਿਹੜੀ ਗੱਲ ਕਹਿ ਕੇ ਹਟਾਂ, ਜੋ ਬੰਦਾ ਪਾਰਟੀ ਨਾਲ ਜੁਆਇੰਟ ਆ ਉਹਦੀ ਗੱਲ ਤਾਂ ਬਿਲਕੁਲ ਜ਼ਰੂਰ ਕਰੇਗਾ, ਠੀਕ ਹੈ ਨਾ। ਅਤੇ ਬਾਕੀ ਸਰਕਾਰ ਦੇ ਕੰਮ ਕਾਰ ਨੂੰ, ਸੈਂਟਰ ਦੇ ਨੂੰ ਦੇਖ ਕੇ ਤਾਂ ਲੋਕ ਉਹਦੇ ਵੱਲ ਨੂੰ ਥੋੜ੍ਹਾ ਜਿਹਾ ਝੁਕਾਅ ਜ਼ਰੂਰ ਦੇਣਗੇ, ਜ਼ਰੂਰ ਦੇਣਗੇ। ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਤਾਂ ਦੋਨਾਂ ਸਰਕਾਰਾਂ ਤੋਂ ਖੁਸ਼ ਨਹੀਂ ਹੈਗੇ ਜੀ। ਹਾਂਜੀ, ਮਤਲਬ ਤੀਜੀ ਪਾਰਟੀ ਆਉਣੀ ਚਾਹੀਦੀ ਹੈ? ਕੋਈ ਤੀਜੀ ਪਾਰਟੀ ਆਉਣੀ ਚਾਹੀਦੀ, PDA ਜਾਂ ਫਿਰ ਆਮ ਆਦਮੀ ਪਾਰਟੀ? ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਕਿਉਂ, ਕੀ ਕੀਤਾ ਆਮ ਆਦਮੀ ਪਾਰਟੀ ਨੇ ਇੱਦਾਂ ਦਾ? ਹਾਂਜੀ, ਆਮ ਆਦਮੀ ਪਾਰਟੀ ਹੀ ਕਿਉਂ? ਆਮ ਆਦਮੀ ਪਾਰਟੀ ਜਾਣੀ ਕਿ ਬਦਲਾਉ ਚਾਹੁੰਦੀ ਆ, ਜਾਣੀ ਕਿ ਜਿਹੜੀ ਨਵੀਂ ਚੀਜ਼ ਹੈ ਨਾ ਬਦਲਾਉ ਚਾਹੁੰਦੀ ਆ, ਵੀ ਜਾਣੀ ਕਿ ਦੋਨਾਂ ਪਾਰਟੀਆਂ ਨੇ ਕੁਛ ਨਹੀਂ ਕੀਤਾ, ਵੀ ਤੀਜੀ ਪਾਰਟੀ ਕੁਛ ਨਾ ਕੁਛ ਕਰੇ ਆ। ਮਤਲਬ ਤੁਹਾਨੂੰ ਆਮ ਆਦਮੀ ਪਾਰਟੀ ਤੋਂ ਉਮੀਦਾਂ ਨੇ? ਹਾਂਜੀ, ਆਮ ਆਦਮੀ ਪਾਰਟੀ ਉਮੀਦ ਹੈ। ਅਤੇ GST ਦਾ ਕਿੰਨਾ ਕੁ ਤੁਹਾਨੂੰ ਨੁਕਸਾਨ ਹੋਇਆ, ਕਿੰਨਾ ਕੁ ਫਾਇਦਾ ਹੋਇਆ, ਕੀ ਸੋਚਦੇ ਹੋ? ਨੁਕਸਾਨ ਤਾਂ ਦੇਖੋ ਤਕਰੀਬਨ ਸਭ ਨੂੰ ਹੀ ਹੋਇਆ, ਹਰੇਕ ਚੀਜ਼ 'ਤੇ GST ਲੱਗਿਆ, ਆਮ ਆਦਮੀ ਦੀ ਜੇਬ 'ਤੇ ਵਜਨ ਪਿਆ ਜਿੰਨਾ ਵੀ ਪਿਆ। ਸਰਕਾਰਾਂ ਨੇ ਆਪਣੇ ਵਾਅਦੇ ਨਹੀਂ ਪੂਰੇ ਕੀਤੇ, ਜੋ ਵਾਅਦੇ ਕੀਤੇ ਸੀਗੇ ਉਹ ਪੂਰੇ ਨਹੀਂ ਹੋਏ ਹੈਗੇ ਇਹਨਾਂ ਦੇ। ਮਤਲਬ ਤੁਸੀਂ ਵਾਅਦਿਆਂ ਕਰਕੇ ਨਾ ਖੁਸ਼ ਹੋ ਵੀ? ਹਾਂਜੀ, ਵਾਅਦਿਆਂ ਕਰਕੇ ਇਹਨਾਂ ਨੇ 2500 ਰੁਪਇਆ ਪੈਨਸ਼ਨ ਗਈ ਸੀਗੀ, ਉਹ ਨਹੀਂ ਇਹਨਾਂ 'ਤੇ ਪੂਰੀ ਹੋਈ ਹੈਗੀ, ਅਤੇ ਬਾਕੀ ਜਾਣੀ ਕਿ ਹੋਰ ਜੋ ਵੀ ਵਾਅਦੇ ਕੀਤੇ ਸੀ ਉਹ ਕੋਈ ਨਹੀਂ ਇਹਨਾਂ ਦਾ ਪੂਰਾ ਹੋਇਆ ਹੈਗਾ, ਆਪਣੀ ਜਵਾਨ ਤੋਂ ਜਾਣੀ ਕਿ ਪੂਰੇ ਨਹੀਂ ਉਤਰੇ ਹੈਗੇ। ਲੋਨ ਦਊਂਗੇ, ਕਰਜ਼ੇ ਮਾਫ਼ ਕਰੋਗੇ? ਬੋਲ ਦਿਓ। ਮਤਲਬ ਕਿ ਉਰੇ ਸਰਕਾਰ ਆਉਣੀ ਚਾਹੀਦੀ ਹੈ, ਵੀ ਉਰੇ ਜਿਵੇਂ ਹੁਣ ਸਰਕਾਰ ਦੋ ਅੰਨੀ ਕਾਂਗਰਸਾਂ ਦੀ ਅਕਾਲੀਆਂ ਦੀ ਵੀ ਕੁਝ ਨਹੀਂ ਕਰਦੀ ਗੇ, ਲੋਕਾਂ ਨੂੰ ਵਾਅਦੇ ਦੇ ਦਿੰਦੀ ਹੈ, ਤੁਹਾਨੂੰ ਨੌਕਰੀ ਦਿਲਾਵਾਂਗੇ, ਆ ਦਿਲਾਵਾਂਗੇ, ਕੋਈ ਵਾਅਦਾ ਨਹੀਂ ਉਹਨਾਂ ਦਾ ਪੂਰਾ ਹੋਇਆ ਅੱਜ ਤੱਕ, ਵੀ ਜਿੱਦਾਂ ਵੀ ਤੁਹਾਨੂੰ ਸਰਕਾਰੀ ਨੌਕਰੀ ਦਵਾਵਾਂਗੇ। ਹਰੇਕ ਪਾਰਟੀ ਆ ਕੇ ਕਹਿੰਦੀ ਉਰੇ ਕੋਈ ਕੰਮ ਨਹੀਂ ਹੈਗਾ, ਇੱਥੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਕੋਈ ਵਿਚਾਰਾ ਗਰੀਬ ਬੰਦਾ ਰੇਹੜੀ ਲਾਉਂਦਾ, ਉਹ ਤੋਂ ਟੈਕਸ ਭਰਿਆ ਜਾਂਦਾ, 100 ਰੁਪਏ ਪਰਚੀ ਲੈਂਦੇ ਹਾਂ, ਇੱਥੇ ਸਾਰੇ ਅੰਦਰ ਦੇ ਮਤਲਬ ਕਿ ਮੈਂਬਰ ਹੈ ਜਿਹੜੇ ਇੱਥੇ ਠੇਕਾ
ਵੀ ਅਸੀਂ ਫਤਿਹਗੜ੍ਹ ਸਾਹਿਬ ਦੇ ਵਿੱਚ ਚੋਣ ਪ੍ਰਚਾਰ ਕਿਸ ਤਰੀਕੇ ਦਾ? ਫਤਿਹਗੜ੍ਹ ਦਾ ਚੋਣ ਕੋਈ ਵੀ ਆਉਂਦਾ, ਬਲਕਿ ਸਾਰੇ ਜਿਹੜੀ ਵੀ ਸਰਕਾਰ ਆਉਂਦੀ ਹੈ ਉਹ ਖਾਣ 'ਤੇ ਹੀ ਲੱਗਦੀ ਹੈ, ਵੀ ਆਪਣਾ ਪਹਿਲਾਂ ਕੋਟਾ ਭਰਦੀ ਹੈ ਫਿਰ ਬਾਅਦ 'ਚੋਂ ਸੋਚਦੀ ਹੈ ਵੀ ਕੋਈ ਕੰਮ। ਗੋਬਿੰਦਗੜ੍ਹ ਜਿੰਨਾ ਵੀ ਕੰਮ ਸੀ ਏਰੀਏ ਦੇ ਵਿੱਚ, ਸਾਰੀ ਪਬਲਿਕ ਜਾਂਦੀ ਸੀ, ਕੰਮ ਕਰਦੇ ਸੀ, ਗਰੀਬ ਲੋਕਾਂ ਨੂੰ ਕੰਮ ਮਿਲਦਾ ਸੀ, ਪਰ ਉੱਥੇ ਵੀ ਕੰਮ ਜਮ੍ਹਾਂ ਹੀ ਠੱਪ ਕਰਤਾ। ਤੁਹਾਡੀ ਵੋਟ ਕਿਸ ਪਾਰਟੀ ਕਿਤੇ ਹੱਕ ਦੇ ਵਿੱਚ? ਮੈਂ ਤਾਂ ਗਿਆਸਪੁਰਾ ਨੂੰ ਪਾਉਣਾ ਚਾਹੁੰਦੀ ਹਾਂ। ਗਿਆਸਪੁਰਾ ਨੂੰ ਕਿਉਂ? ਬਸ ਕੋਈ ਨਵੀਂ ਪਾਰਟੀ ਆਉਣੀ ਚਾਹੀਦੀ, ਵੀ ਚਾਹੁੰਦੇ ਵੀ ਕੋਈ ਨਵੀਂ ਪਾਰਟੀ ਆਵੇ, ਕੋਈ ਪੰਜਾਬ ਲਈ ਕਰੇ ਕੁਝ, ਅਸੀਂ ਤਾਂ ਹੀ ਚਾਹੁੰਦੇ। ਵੋਟ ਤਾਂ ਮੈਂ ਆਮ ਜਨਤਾ ਪਾਰਟੀ ਨੂੰ ਪਾਵਾਂਗਾ, ਕਿਉਂਕਿ ਜਿਹੜਾ ਆਮ ਲੋਕ ਆਉਣਗੇ, ਨਵੀਂ ਪਾਰਟੀ ਉੱਠੂਗੀ ਨਾ, ਕੁਛ ਸੋਚੂਗੀ। ਜਿੰਨੀਆਂ ਵੀ ਪਾਰਟੀਆਂ ਆ ਰਹੀਆਂ, ਕਾਂਗਰਸ ਨੇ ਆਈ ਸੀ, ਉਹਨਾਂ ਨੇ ਕੀ ਕਿਹਾ ਸੀ, ਕਹਿੰਦਾ ਅਸੀਂ ਘਰ ਘਰ ਨੌਕਰੀ ਦੇਵਾਂਗੇ ਆ ਕੇ। ਕਿਹੜੀ ਨੌਕਰੀ ਦਿੱਤੀ? ਕੋਈ ਨੌਕਰੀ ਨਹੀਂ ਦਿੱਤੀ। ਗਰੀਬ ਜਨਤਾ ਭੁੱਖੀ ਮਾਰ ਰਹੀ ਹੈ ਸਾਰੀ, ਅਸੀਂ ਆਟੋ ਚਲਾ ਰਹੇ ਹਾਂ ਸਾਰੀ ਦਿਹਾੜੀ, ਮੈਂ ਇਸ ਟਾਈਮ ਗ੍ਰੰਥੀ ਦੀ ਡਿਊਟੀ ਵੀ ਕਰਦਾ ਜੀ ਗੁਰਦੁਆਰਾ ਸਾਹਿਬ 'ਚੋਂ। ਅਤੇ ਕਿਸਾਨਾਂ ਦੀ ਕਿਹੋ ਜਿਹੀ ਹਾਲਤ ਸਮਝਦੇ ਹੋ ਤੁਸੀਂ ਇੱਥੇ? ਕਿਸਾਨਾਂ ਦਾ ਤਾਂ ਬਹੁਤ ਬੁਰਾ ਹਾਲ ਹੈ ਜੀ, ਕਿਉਂਕਿ ਜੋ ਉਹਨਾਂ ਨੇ ਕਿਹਾ ਸੀ ਕੁਛ ਨਹੀਂ ਕਰਿਆ ਹੈਗਾ। ਕਹਿੰਦੇ ਅਸੀਂ ਘਰ ਘਰ ਇੱਕ ਇੱਕ ਬੰਦੇ ਨੌਕਰੀ ਦੇਵਾਂਗੇ। ਹੁਣ ਸਾਡੇ ਪਿੰਡ ਦੇ ਵਿੱਚ ਦੇਖ ਲਓ ਜੀ, ਰਿਜ਼ਲਟ ਆਇਆ ਕੁੜੀ ਦਾ, 66% ਨੰਬਰ ਆ ਜੀ, ਨਹਿਰ ਛਾਲ ਮਾਰ ਕੇ ਮਰ ਗਈ। ਕਿਉਂ ਮਰ ਗਈ? ਪੜ੍ਹਾਈਆਂ ਹੋ ਨਹੀਂ ਰਹੀਆਂ ਅਤੇ ਲੋਕ ਕਰਜ਼ੇ ਥੱਲੇ ਦੱਬੇ ਹੋਏ ਨੇ। ਹੋਰ ਕਿਸੇ ਪਾਰਟੀ ਦਾ ਜੋ ਵੀ ਪਹਿਲਾਂ ਐਮ ਪੀ ਸੀਗੇ, ਆਮ ਆਦਮੀ ਪਾਰਟੀ ਦੇ ਇੱਥੇ ਰਹੇ ਹੋ, ਉਹਨਾਂ ਬਾਰੇ ਕੀ ਹੈ ਅਤੇ ਆਮ ਆਦਮੀ ਪਾਰਟੀ ਹੁਣ ਜਿਸ ਤਰੀਕੇ ਨਾਲ ਹਵਾ ਚੱਲਦੀ ਹੈ, ਜਿਹੜੀ ਨਵੀਂ ਪਾਰਟੀ ਹੁਣ ਉੱਠੂਗੀ ਨਾ, ਅੱਜ ਦੀ ਜਨਰੇਸ਼ਨ ਵਿੱਚ ਨਵੀਂ ਪਾਰਟੀ ਜੋ ਗਰੀਬਾਂ ਬਾਰੇ ਸੋਚੇ, ਕੋਈ ਬੰਦਾ ਜਿਹੜੀ ਪਾਰਟੀ ਆਉਂਦੀ, ਨਵੀਂ ਪਾਰਟੀ ਆਉਂਦੀ ਹੈ ਜੀ, ਤਾਂ ਕੁਝ ਨਾ ਕੁਝ ਸੋਚੂਗੀ। ਹੁਣ ਅਕਾਲੀ ਦਲ ਨੇ, ਮਤਲਬ ਤੁਸੀਂ ਰਵਾਇਤੀ ਪਾਰਟੀਆਂ ਤੋਂ ਦੁਖੀ ਹੋ ਚੁੱਕੇ? ਹਾਂਜੀ ਹਾਂਜੀ, ਜਿਹੜੀਆਂ ਸੌਂ ਖਾ ਖਾ ਕੇ ਗੁਟਕਾ ਸਾਹਿਬ ਦੀ ਸੌਂ ਖਾਧੀ ਇਹਨਾਂ ਨੇ, ਅਸੀਂ ਐਂ ਕਰਾਂਗੇ ਉਹ ਕਰਾਂਗੇ, ਕੁਝ ਨਹੀਂ ਕਰ ਰਹੇ ਜੀ। ਇਸ ਕਰਕੇ ਅਸੀਂ ਤਾਂ ਕਹਿੰਦੇ ਵੀ ਕੋਈ ਬੰਦਾ ਚੰਗਾ ਆਵੇ, ਨਵੀਂ ਪਾਰਟੀ ਉੱਠੇ, ਜਿਹੜਾ ਕੁਝ ਸੋਚੇ ਪੰਜਾਬ ਬਾਰੇ ਵੀ ਪੰਜਾਬ ਦਾ ਕੀ ਹਾਲਾਤ ਹੋ ਰਹੇ ਨੇ। ਸਾਡੇ ਨਾਲ ਕੁਝ ਆਟੋ ਚਾਲਕ ਡਰਾਈਵਰ ਮੌਜੂਦ ਸੀ, ਜਿਨ੍ਹਾਂ ਦਾ ਇਹ ਕਹਿਣਾ ਕਿ ਉਹ ਰਵਾਇਤੀ ਪਾਰਟੀਆਂ ਤੋਂ ਬੇਹੱਦ ਦੁਖੀ ਹੋ ਚੁੱਕੇ ਨੇ, ਕਿਉਂਕਿ ਕੈਪਟਨ ਸਰਕਾਰ ਝੂਠਿਆਂ ਸਹੁੰ ਖਾ ਕੇ ਮੁੱਕਰ ਚੁੱਕੀ ਅਤੇ ਜੀ ਐਸ ਟੀ ਨੋਟਬੰਦੀ ਕਰਕੇ ਪੂਰੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ। ਇਹਨਾਂ ਦਾ ਮਤਲਬ ਹੈ ਕਿ ਉਹ ਉਮੀਦਵਾਰ ਉਹ ਪਾਰਟੀ ਮੈਦਾਨ ਦੇ ਵਿੱਚ ਆਵੇ ਜੋ ਕਿ ਪੂਰੇ ਪੰਜਾਬ ਦਾ ਵਿਕਾਸ ਕਰ ਸਕੇ, ਇੱਕ ਗਰੀਬਾਂ ਦਾ ਵਿਕਾਸ ਕਰ ਸਕੇ, ਗਰੀਬਾਂ ਦੀ ਸਾਰ ਲਵੇ, ਉਹਨਾਂ ਦੇ ਆ ਕੇ ਦੁੱਖ ਦਰਦ ਦੇ ਵਿੱਚ ਉਹਨਾਂ ਦੀ ਭਾਗੀਦਾਰ ਬਣੇ। ਇਸ ਟਾਈਮ ਅਸੀਂ ਇੱਕ ਦੁਕਾਨਦਾਰ ਨਾਲ ਗੱਲ ਕਰਾਂਗੇ ਕਿ ਉਹ ਉਹਨਾਂ ਦੇ ਕੀ ਮੁੱਦੇ ਨੇ, ਕਿਉਂਕਿ ਹੁਣ ਤੱਕ ਅਸੀਂ ਨੌਜਵਾਨਾਂ ਤੋਂ ਪੁੱਛਿਆ ਉਹਨਾਂ ਦੇ ਵਿਚਾਰ ਜਾਣੇ, ਜਾਂ ਫਿਰ ਆਟੋ ਡਰਾਈਵਰਾਂ ਕੋਲ ਉਹਨਾਂ ਦੀ ਰਾਏ ਜਾਣੀ ਕਿ ਆਖਰ ਉਹ ਕੀ ਚਾਹੁੰਦੇ ਨੇ, ਕਿੱਦਾਂ ਦਾ ਫਤਿਹਗੜ੍ਹ ਸਾਹਿਬ ਦੇ ਵਿੱਚ ਉਹ ਐਮ ਪੀ ਚਾਹੁੰਦੇ ਨੇ ਅਤੇ ਕਿੰਨਾ ਕੁ ਵਿਕਾਸ ਹੋਇਆ, ਅਤੇ ਇਹ ਨੋਟਬੰਦੀ ਦਾ ਅਤੇ ਜੀ ਐਸ ਟੀ ਦਾ ਕੀ ਮੁੱਦਾ ਸੀ, ਕੀ ਅਸਰ ਪਿਆ। ਹੁਣ ਅਸੀਂ ਇਹਨਾਂ ਤੋਂ ਜਾਣਾਂਗੇ ਕਿ ਆਖਰ ਇਹ ਕੀ ਸੋਚਦੇ ਨੇ। ਹਾਂਜੀ, ਫਤਿਹਗੜ੍ਹ ਸਾਹਿਬ ਦੇ ਵਿੱਚ ਤੁਸੀਂ ਕਿਸ ਉਮੀਦਵਾਰ ਦੇ ਹੱਕ ਦੇ ਵਿੱਚ? ਦੇਖੋ ਜੀ, ਅਸੀਂ ਕਿਸੇ ਉਮੀਦਵਾਰ ਦੇ ਹੱਕ 'ਚ ਵੀ ਨਹੀਂ ਹੈਗੇ, ਅਸੀਂ ਡਿਸਾਈਡ ਕਰਾਂਗੇ ਵੀ ਅਸੀਂ ਕਿਸ ਉਮੀਦਵਾਰ ਨੂੰ ਵੋਟਾਂ ਪਾਉਂਦੇ ਹਾਂ। ਵੋਟਾਂ ਲੈ ਕੇ ਉਮੀਦਵਾਰ ਸਾਰੇ ਜਿੱਤ ਕੇ ਚਲੇ ਜਾਂਦੇ ਨੇ, ਉਸ ਤੋਂ ਬਾਅਦ ਜਿਹੜੀ ਜਨਤਾ ਆ ਇਹ ਤਰਸਦੀ ਰਹਿ ਜਾਂਦੀ ਆ, ਵੱਡੇ ਵੱਡੇ ਵਾਅਦੇ ਕਰ ਜਾਂਦੇ ਨੇ, ਉਸ ਤੋਂ ਬਾਅਦ ਜਿੱਤਣ ਤੋਂ ਬਾਅਦ ਨਾਲ ਦੀ ਨਾਲ ਵਾਅਦਿਆਂ ਤੋਂ ਮੁੱਕਰ ਜਾਂਦੇ ਆ। ਜਿਵੇਂ ਕਿ ਹੁਣ ਕਾਂਗਰਸ ਸਰਕਾਰ ਆ, ਨਸ਼ੇ ਸੰਬੰਧੀ ਸ਼ਗਨ ਸਕੀਮਾਂ ਸੰਬੰਧੀ, ਘਰ ਘਰ ਨੌਕਰੀ, ਉਹ ਫੋਨ, ਹੋਰ ਸਾਰਾ ਕੁਝ ਸਾਰੇ ਵਾਅਦਿਆਂ ਤੋਂ ਮੁੱਕਰ ਚੱਕੇ ਆ। ਹੁਣ ਜਿਹੜੀ ਨਵੀਂ ਸਰਕਾਰ ਬਣੂਗੀ ਵੀ ਇਹ ਵੀ ਇਸ ਤਰ੍ਹਾਂ ਹੀ ਕਰੂਗੀ। ਅਤੇ ਜੀ ਐਸ ਟੀ ਜਿਹੜਾ ਲੱਗਿਆ ਸੀਗਾ ਜਾਂ ਨੋਟਬੰਦੀ ਹੋਈ ਸੀ, ਉਹਦਾ ਕਿੰਨਾ ਕੁ ਅਸਰ ਪਿਆ? ਉਹਦਾ ਅਸਰ ਇਹ ਆ ਜੀ, ਦੇਖੋ ਉਹਦੇ ਵਿੱਚ ਕਈਆਂ ਦਾ ਫਾਇਦਾ ਵੀ ਹੋਇਆ, ਕਈਆਂ ਦਾ ਨੁਕਸਾਨ ਵੀ ਹੋਇਆ। ਅਤੇ ਜਿਹੜੇ ਆਪਾਂ ਮਿਡਲ ਕਹਿ ਸਕਦੇ ਹਾਂ ਲੋਕ ਹਨ, ਜਾਂ ਫਿਰ ਗਰੀਬ ਜਨਤਾ, ਉਹਨਾਂ ਨੂੰ ਕਿੰਨਾ ਕੁ ਵੱਡਾ ਨੁਕਸਾਨ ਹੋਇਆ? ਗਰੀਬ ਦਾ ਤਾਂ ਕੋਈ ਨੁਕਸਾਨ ਨਹੀਂ ਹੋਇਆ, ਜਿਹੜਾ ਮੀਡੀਅਮ ਵਪਾਰੀ ਸੀਗਾ ਉਹ ਵਪਾਰੀਆਂ ਦਾ ਨੁਕਸਾਨ ਹੋਇਆ, ਗਰੀਬ ਜਨਤਾ ਦਾ ਕੋਈ ਨੁਕਸਾਨ ਨਹੀਂ, ਗਰੀਬ ਜਨਤਾ ਨੂੰ ਤਾਂ ਬੈਨੀਫਿਟ ਆ ਜੀ ਐਸ ਟੀ ਦਾ। ਸਾਡੇ ਨਾਲ ਇਸ ਸਮੇਂ ਨੌਜਵਾਨ ਨੇ ਜਿਨ੍ਹਾਂ ਤੋਂ ਅਸੀਂ ਜਾਣਾਂਗੇ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਮੁੱਦੇ ਕੀ ਨੇ ਅਤੇ ਕਿਹੜਾ ਉਮੀਦਵਾਰ ਯੋਗ ਉਮੀਦਵਾਰ ਹੈ ਜਿਸਨੂੰ ਇਹ ਵੋਟਾਂ ਪਾਉਣਗੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਅਸਲ ਦੇ ਵਿੱਚ ਸਾਡੇ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜਾ ਮੇਨਲੀ ਆ ਵਿਕਾਸ ਦਾ ਮੁੱਦੇ ਦੇ ਤੌਰ 'ਤੇ ਜੇ ਆਪਾਂ ਗੱਲ ਕਰਦੇ ਹਾਂ ਤਾਂ ਸਾਡਾ ਪਿਛਲੇ 5 ਸਾਲ ਦੌਰਾਨ ਅਸੀਂ ਦੇਖਿਆ ਵੀ ਜਿਹੜੀਆਂ ਸੜਕਾਂ ਆ, ਸੜਕਾਂ ਦੇ ਬੁਰੇ ਹਾਲ ਹੋਏ ਸੀ, ਈਵਨ ਕਿ ਫਤਿਹਗੜ੍ਹ ਸਾਹਿਬ ਸ਼ਹਿਰੀ ਹਲਕੇ ਦੇ, ਠੀਕ ਹੈ, ਜਿਹੜੀ ਸੀਵਰੇਜ ਆ ਉਹ ਵੀ ਐਮ ਪੀ ਇਲੈਕਸ਼ਨ ਦੇ ਬਿਲਕੁਲ ਜਦੋਂ ਨੇੜੇ ਆ ਗਿਆ, ਖੱਡੇ ਪੱਟ ਪੱਟ ਕੇ ਰੱਖੇ ਹੋਏ ਨੇ, ਠੀਕ ਹੈ ਜੀ, ਲੋਕ ਟਾਇਲਸ ਪਹੁੰਚੇ ਨੇ ਹੈਗੀਆਂ, ਅੱਧ ਵਿਚਾਲਾ ਜਿਹਾ ਕੰਮ ਕੀਤਾ ਹੋਇਆ। ਵਿਕਾਸ ਨਾ ਉਹਦੇ ਤਾਂ ਸਿਰਫ ਇਹ ਵੀ ਮੈਨੂੰ ਲੱਗਦਾ ਵੀ ਜਦੋਂ ਐਮ ਪੀ ਇਲੈਕਸ਼ਨ ਚਲੇ ਜਾਣਗੀਆਂ ਤਾਂ ਇਹ ਵੀ ਵਿਕਾਸ ਜਿਹੜਾ ਹੈ ਉੱਥੇ ਹੀ ਰੁਕ ਜਾਊਗਾ, ਠੀਕ ਹੈ ਨਾ, ਸਿਰਫ ਲੋਕ ਦਿਖਾਵਾ ਕਰਨ ਲਈ ਤੁਸੀਂ ਕਹਿ ਸਕਦੇ ਹੋ? ਬਿਲਕੁਲ ਜੀ ਬਿਲਕੁਲ, ਦੇਖੋ ਮੈਨੂੰ ਤਾਂ ਇਦਾਂ ਲੱਗਦਾ ਆ ਵੀ ਜਦੋਂ ਹੀ ਇਲੈਕਸ਼ਨਸ ਨੇੜੇ ਉਤਰਦੀਆਂ, ਵਿਕਾਸ ਦੇ ਨਾਂ 'ਤੇ ਸਿਰਫ ਥੋੜ੍ਹਾ ਥੋੜ੍ਹਾ ਜਿਹੜੀ ਕੀੜੀ ਚਾਲ ਕਹਿੰਦੇ ਆ ਉੱਦਾਂ ਕੰਮ ਹੁੰਦੇ ਨੇ, ਠੀਕ ਹੈ ਜੀ। ਅਤੇ ਮੈਂ ਫਤਿਹਗੜ੍ਹ ਸਾਹਿਬ ਦੇ ਵਿੱਚ ਮੈਂ ਦੇਖਿਆ ਉਸ ਤੋਂ ਪਿਛਲੇ 5 ਸਾਲ ਦੀ ਵੀ ਗੱਲ ਕਰਾਂ, ਉਹਦੇ ਪਿੱਛੇ ਵੀ ਅਸੀਂ ਦੇਖਦੇ ਸੀ ਵੀ ਇੱਥੇ ਜਿਹੜੇ ਕਾਂਗਰਸ ਦੇ ਕੈਂਡੀਡੇਟ ਸੀ ਉਹ ਬੜੇ ਬੜੇ ਵਾਅਦੇ ਕਰਦੇ, ਅਤੇ ਮੈਂ ਸੁਨਹਿਰੀ ਅੱਖਰਾਂ ਦੇ ਵਿੱਚ ਨਾਂ ਲਿਖ ਦੂੰ ਫਤਿਹਗੜ੍ਹ ਸਾਹਿਬ ਦਾ, ਅਤੇ ਜਿੱਦਣ ਦੇ ਬਣੇ ਨੇ ਅਸੀਂ
ਅਤੇ ਜਿਹੜੀ ਗੱਲ ਕਰਦੇ ਹਾਂ ਉਸ ਤੋਂ ਪਿਛਲੇ 5 ਸਾਲ ਵਿੱਚ ਅਕਾਲੀ ਵਰਕਰ ਨੇ ਜਿਹੜੇ ਉਹਨਾਂ ਨੇ ਤਾਂ ਮਤਲਬ ਕਿ ਕੋਈ ਮੈਂ ਕਹਿੰਦਾ ਹਾਂ ਕੋਈ ਕੰਮ ਕੀਤਾ ਹੀ ਨਹੀਂ ਵੀ ਜੇ ਆਪਾਂ ਕਰੀਏ ਗੱਲ ਇੱਕ ਪੌਲ ਮਸਾ ਚੜਾਇਆ ਸੀ ਰੋ ਪਿੱਟ ਕੇ ਉਹ ਵੀ ਜਦੋਂ ਵੋਟਾਂ ਨੇੜੇ ਆ ਗਈਆਂ 2000 ਜਿਹੀਆਂ ਆਪਣੀਆਂ ਲੰਘ ਕੇ ਹਟ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਵੋਟਾਂ ਵੇਲੇ ਹੀ ਆਮ ਜਨਤਾ ਦੀ ਯਾਦ ਸਿਰਫ ਵੋਟਾਂ ਬਟੋਰਨ ਲਈ ਸਭ ਕੁਝ ਕਰਦੇ ਆ ਮੈਂ ਕਹਿੰਦਾ ਜੀ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਜਿਹੜੀਆਂ ਇਹ ਪਾਰਟੀਜ਼ ਨੇ ਇਹ ਕੀ ਨੇ ਇਹ ਲੋਕਾਂ ਨੂੰ ਨਾ ਸਿਰਫ ਇੱਦਾਂ ਸਮਝਦੇ ਆ ਵੀ ਅੱਜ ਵੀ ਲੋਕ ਉਦਾਂ ਦੇ ਹੀ ਨੇ ਜਾਗਰੂਕ ਹੋ ਚੁੱਕੀ ਜਨਤਾ ਜਨਤਾ ਦੇਖੋ ਅੱਜ ਕੱਲ੍ਹ ਲਿਟਰੇਟ ਪਰਸਨਸ ਨੇ ਸਾਰੇ ਪੜ੍ਹੇ ਲਿਖੇ ਨੌਜਵਾਨ ਨੇ ਪੜ੍ਹੇ ਲਿਖੇ ਅੱਜ ਇਹ ਨਾ ਇਹ ਜਿਹੜੇ ਸਿਆਸੀ ਲੋਕ ਨੇ ਬੈਠੇ ਨੇ ਅੱਜ ਵੀ ਲੋਕਾਂ ਨੂੰ ਇਹੀ ਸਮਝਦੇ ਨੇ ਵੀ ਜੇ ਥੋੜ੍ਹੀਆਂ ਗਲੀਆਂ ਨਾਲੀਆਂ ਅਸੀਂ 70 ਸਾਲ ਦੀ ਆਜ਼ਾਦੀ ਤੋਂ ਬਾਅਦ ਦੇਖੋ ਸਾਡਾ ਮੈਂਟਲ ਲੈਵਲ ਅੱਜ ਗਲੀਆਂ ਨਾਲੀਆਂ 'ਤੇ ਥੋੜ੍ਹਾ ਨਾ ਖੜਾ ਜੀ ਠੀਕ ਹੈ ਜੀ ਅੱਜ ਦੇਖੋ ਅਸੀਂ ਇੰਨੇ ਨੇ 5-5 ਲੱਖ ਲਾ ਕੇ 4-4 ਲੱਖ ਲਾ ਕੇ ਗ੍ਰੈਜੂਏਸ਼ਨਸ ਕੀਤੀਆਂ ਹੋਈਆਂ ਨੇ ਠੀਕ ਹੈ ਜੀ ਅਤੇ ਇੱਦਾਂ ਸਾਡੇ ਜਿਹੜੇ ਕੈਂਡੀਡੇਟ ਜਿਹੜੇ ਐਡੇ ਐਡੇ ਵੱਡੇ ਸਟੇਜਾਂ 'ਤੇ ਜਾ ਕੇ ਦੇਖੋ ਜਿਹੜੇ ਮੋਦੀ ਸਾਹਿਬ ਨੇ ਇਹ ਠੀਕ ਹੈ ਇਹਨਾਂ ਨੇ ਐਡੇ ਵੱਡੇ ਸਟੇਜ 'ਤੇ ਖੜ ਕੇ ਸਾਡੇ ਨੌਜਵਾਨਾਂ ਨੂੰ ਸ਼ਰੇਆਮ ਝੂਠ ਬੋਲਤਾ ਠੀਕ ਹੈ ਜੀ ਅਤੇ ਲੋਕਾਂ ਨੂੰ ਕਿੱਦਾਂ ਕਿੱਦਾਂ ਦੇ 15 ਲੱਖ ਦੇ ਝੂਠ ਅਤੇ ਰੁਜ਼ਗਾਰ ਦੇਣ ਦੇ ਝੂਠ ਠੀਕ ਹੈ ਜੀ ਕੋਈ ਇੱਕ ਸਿੰਗਲ ਇਹਨਾਂ ਨੂੰ ਦੱਸੋ ਵੀ ਇਹਨਾਂ ਨੇ ਕੀ ਕੀਤਾ ਆ ਕੋਈ ਇੱਕ ਸਿੰਗਲ ਸਟੂਡੈਂਟ ਕਹਿ ਦੇਵੇ ਵੀ ਮੈਨੂੰ ਇੱਦਾਂ ਦੀਆਂ ਨੌਕਰੀਆਂ ਹਨ ਕਿਹੜੀਆਂ ਨੌਕਰੀਆਂ ਨੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਉਹਨੇ ਸਾਨੂੰ ਦਿੱਤੀਆਂ ਹੀ ਨਹੀਂ ਹੈਗੀਆਂ ਕਿੰਨੇ ਆ ਕਿ ਮਤਲਬ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਜਿੰਨੇ ਵਾਅਦੇ ਕੀਤੇ ਨੇ ਕਿਹੜੇ ਵਾਅਦੇ ਪੂਰੇ ਹੋਏ ਨੇ ਪਰ ਹੁਣ ਵੀ ਇਹੀ ਸੋਚ ਕੇ ਉਹ ਚੋਣ ਪ੍ਰਚਾਰ ਕਰ ਰਹੇ ਵੀ ਕਾਂਗਰਸ ਪਾਰਟੀ ਅੱਜ ਜਦ ਵਾਅਦੇ ਪੂਰੇ ਕਰ ਚੁੱਕੀ ਬਿਲ ਮੈਂ ਕਹਿੰਦਾ ਜੀ ਉਹੀ ਤਾਂ ਇਹੀ ਤਾਂ ਗੱਲ ਆ ਵੀ ਇਹ ਇਹਨਾਂ ਦੇ ਕੈਂਡੀਡੇਟਸ ਨੂੰ ਵੈਸੇ ਤਾਂ ਪਹਿਲੀ ਗੱਲ ਮੈਂ ਹੁਣ ਤੱਕ ਦੇਖਿਆ ਨਹੀਂ ਸ਼ਰਮ ਆਉਂਦੀ ਆ ਵੀ ਇਹ ਕਿੱਦਾਂ ਦੇ ਕਿਹੜੇ ਮੂੰਹ ਨਾਲ ਵੋਟਾਂ ਮੰਗ ਲੈਂਦੇ ਨੇ ਆ ਕੇ ਫਤਿਹਗੜ੍ਹ ਸਾਹਿਬ ਦੇ ਇੱਥੇ ਇਹ ਜਵਾਬ ਦੇਣੀ ਹੈਗੇ ਜੇ ਅਸੀਂ ਗੱਲ ਕਰੀਏ ਸਾਡੀ ਜਿਹੜੀ ਸੰਗਤ ਆ ਅੱਜ ਜਾਗ ਚੁੱਕੀ ਹੈ ਸਾਡਾ ਵੈਸੇ ਤਾਂ ਜਿਹੜਾ ਫਤਿਹਗੜ੍ਹ ਸਾਹਿਬ ਦੇ ਵਿੱਚ ਮੇਰੇ ਨਿੱਜੀ ਵਿਚਾਰ ਹੈ ਇਹ ਵੀ ਸਾਨੂੰ ਤਾਂ ਇੱਥੇ ਐਲੀਜੀਬਲ ਕੈਂਡੀਡੇਟ ਕੋਈ ਲੱਗਦਾ ਨਹੀਂ ਹੈਗਾ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਆਪਣੀ ਜਿਹੜੀ ਅਕੀਦੇ ਤੋਂ ਥਿਰਕ ਚੁੱਕੀ ਹੈ ਕਿਉਂਕਿ ਜਿਹੜੇ ਕੇਜਰੀਵਾਲ ਸਾਹਿਬ ਨੇ ਮਜੀਠੀਆ ਤੋਂ ਮਾਫ਼ੀ ਮੰਗੀ ਹੈ ਉਹਦੇ ਕਰਕੇ ਸਾਡਾ ਮਨ ਬਹੁਤ ਖੱਟਾ ਹੋਇਆ ਪਿਆ ਅਤੇ ਸੈਕਿੰਡਲੀ ਜਿਹੜੀ ਕਾਂਗਰਸ ਪਾਰਟੀ ਹੈ ਇਹਦੇ ਜਿਹੜੀ ਮਤਲਬ ਕਿ ਝੂਠੇ ਵਾਅਦੇ ਕੀਤੇ ਹੋਏ ਨੇ ਇਹਦੇ ਕਰਕੇ ਅਤੇ ਜਿਹੜੀ ਅਕਾਲੀ ਦਲ ਆ ਅਕਾਲੀ ਦਲ ਦੇ ਸਾਡੇ 2 ਨਾਰਾਜ਼ਗੀ ਨੇ ਮੇਨ ਪੰਥਕ ਨਾਰਾਜ਼ਗੀ ਜਿਹੜੀ ਚੱਲਦੀ ਸੀ ਤੁਹਾਨੂੰ ਸਭ ਨੂੰ ਪਤਾ ਆ ਵਿਰੋਧ ਦਾ ਬਹੁਤ ਭਾਰੀ ਸਾਹਮਣਾ ਕਰਨਾ ਪੈ ਰਿਹਾ ਬਿਲਕੁਲ ਜੀ ਬਿਲਕੁਲ ਦੇਖੋ ਅਕਾਲੀ ਦਲ ਦਾ ਤਾਂ ਇੱਦਾਂ ਆ ਵੀ ਇਹਨਾਂ ਨੇ ਪਿਛਲੇ 5 ਸਾਲ ਦੌਰਾਨ ਕੁਛ ਨਹੀਂ ਸੀ ਕੀਤਾ ਵਿਕਾਸ ਨਾ ਉਹਦੀ ਕੋਈ ਚੀਜ਼ ਨਹੀਂ ਸੀ ਕੀਤੀ ਕੋਈ ਵਿਕਾਸ ਨਹੀਂ ਹੋਇਆ ਹੋਇਆ ਮੈਂ ਕਹਿੰਦਾ 1-2 ਇਲਾਕੇ ਇਹਨਾਂ ਨੇ ਆਪਣੀਆਂ ਮੇਨ ਸੀਟਾਂ ਨੂੰ ਕਵਰ ਕਰਨ ਲਈ ਜੇ ਕਰ ਦਿੱਤਾ ਹੋਵੇ ਤਾਂ ਕਰ ਦਿੱਤਾ ਵੀ ਲਾਈਕ ਬਠਿੰਡਾ ਹੋ ਗਿਆ ਹੈ ਨਾ ਜੀ ਅਤੇ ਲੰਬੀ ਹੋ ਗਈ ਇਹਨਾਂ ਦੇ ਹਲਕੇ ਜਿਹੜੇ ਇੱਧਰ ਇਹਨਾਂ ਨੂੰ ਪੈਂਦੇ ਨੇ ਇੱਧਰ ਸਾਈਡਾਂ 'ਤੇ ਕੋਈ ਵਿਕਾਸ ਨਹੀਂ ਹੋਇਆ ਵਾ ਕੋਈ ਕੰਪਨੀਜ਼ ਨੇ ਐਂਟਰੀ ਮਾਰੀ ਮੈਂ ਕਹਿੰਦਾ ਵੀ ਤੁਸੀਂ ਦੱਸੋ ਵੀ ਹਰਿਆਣੇ ਦੇ ਕੰਪੈਰੇਟਿਵਲੀ ਵੀ ਅਸੀਂ ਕਿੱਥੇ ਖੜੇ ਹਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਇਸ ਸਮੇਂ ਫਤਿਹਗੜ੍ਹ ਸਾਹਿਬ ਦੇ ਵਿੱਚ ਕਿੱਦਾਂ ਦਾ ਮਾਹੌਲ ਆ ਚੋਣਾਂ ਨੂੰ ਲੈ ਕੇ ਅਤੇ ਕਿਹੜੇ ਮੁੱਦੇ ਨੇ ਅਤੇ ਖਾਸ ਕਰਕੇ ਬਜ਼ੁਰਗ ਕੀ ਸੋਚਦੇ ਨੇ ਕਿਸਾਨਾਂ ਦਾ ਕੀ ਹਾਲ ਆ ਦੇਖੋ ਜੀ ਕਿਸਾਨਾਂ ਦਾ ਵੀ ਠੀਕ ਆ ਜੀ ਅਤੇ ਇੱਥੇ ਜਿਹੜੀ ਸਰਕਾਰ ਆ ਉਹ ਇਸ ਟਾਈਮ ਕਾਂਗਰਸ ਦੀ ਆ ਜੀ ਅਤੇ ਨਾਗਰਾ ਸਾਹਿਬ ਇੱਥੇ ਕੰਮ ਕਰਾ ਰਹੇ ਆ ਅਤੇ ਤੁਸੀਂ ਹੁਣ ਕਿਸ ਪਾਰਟੀ ਨੂੰ ਵੋਟ ਪਾਓਗੇ ਆਪਾਂ ਕਾਂਗਰਸ ਨੂੰ ਪਾਓਗੇ ਜੀ ਠੀਕ ਹੈ ਜੀ ਅਤੇ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੈ ਜਾਂ ਅਕਾਲੀ ਦਲ ਦੀ ਕੀ ਸਥਿਤੀ ਹੈ ਆਪਾਂ ਉਹ ਜਿਹੜੇ ਮੇਰੇ 2 ਬੇਟੇ ਆ ਜੀ ਅਤੇ 1 ਬੇਟੀ ਆ ਜੀ ਉਰੇ ਅਤੇ ਉਹ ਪਾਉਣਗੇ ਜੀ ਅਕਾਲੀ ਦਲ ਨੂੰ ਅੱਛਾ ਜੀ ਅਸੀਂ ਵੰਡ ਕੇ ਪਾਉਂਗੇ ਜੀ ਮਤਲਬ ਸਾਰੀਆਂ ਪਾਰਟੀਆਂ ਨੂੰ ਜਾਂ ਫਿਰ ਕਾਂਗਰਸ ਅਤੇ ਅਕਾਲੀ 2 ਪਾਰਟੀਆਂ ਨੂੰ 2 ਰਾਹੁਲ ਗਾਂਧੀ ਦੀ ਜਾਂ ਫਿਰ ਮੋਦੀ ਸਰਕਾਰ ਇਹ ਤਾਂ ਫਿਰ ਮੋਦੀ ਸਰਕਾਰ ਆਊਗੀ ਜੀ ਇਧਰੋਂ ਮੋਦੀ ਸਰਕਾਰ ਆਊਗੀ ਜੀ ਫਿਰ ਵੋਟ ਤੁਸੀਂ ਕਾਂਗਰਸ ਨੂੰ ਇੱਥੋਂ ਪਾਓਗੇ ਹੈ ਨਾ ਮੈਂ ਇਕੱਲੇ ਨੇ ਕਾਂਗਰਸ ਨੂੰ ਪਾਉਣੀ ਹੈ ਜੀ ਹਾਂਜੀ ਤੇ ਮੇਰੇ ਜਿਹੜੇ ਬੇਟੇ ਆ ਬੇਟੀ ਆ ਉਹ ਅਕਾਲੀ ਦਲ ਨੂੰ ਪਾਉਣਗੇ ਜੀ ਵੰਡ ਕੇ ਵੋਟਾਂ ਦੀ ਵੰਡ ਕੇ ਪਾਉਣੀ ਹੈ ਜੀ ਹਾਂਜੀ ਵੰਡ ਕੇ ਪਾਉਣੀ ਅਸੀਂ ਨਾਰਾਜ਼ ਨਹੀਂ ਕਰਨਾ ਕੋਈ ਵੀ ਅੱਛਾ ਅਸੀਂ ਉਹ ਤੋਂ ਕੰਮ ਲੈਂਦੇ ਜੀ ਮਤਲਬ ਸਰਕਾਰ ਤੋਂ ਤੁਸੀਂ ਖੁਸ਼ ਹੋ ਹਾਂਜੀ ਬਿਲਕੁਲ ਖੁਸ਼ ਹਾਂ ਜੀ ਇਸ ਸਮੇਂ ਅਸੀਂ ਫਤਿਹਗੜ੍ਹ ਸਾਹਿਬ ਦੇ ਤਲਾਨੀਆ ਪਿੰਡ 'ਚ ਪਹੁੰਚ ਚੁੱਕੇ ਹਾਂ ਅਤੇ ਇੱਕ ਸਾਥ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਅਸੀਂ ਸਾਡੇ ਨਾਲ ਇੱਕ ਬਜ਼ੁਰਗ ਨੇ ਅਸੀਂ ਇਹਨਾਂ ਤੋਂ ਜਾਣਾਂਗੇ ਕਿ ਆਖਿਰ ਇਹਨਾਂ ਦੇ ਕੀ ਮੁੱਦੇ ਨੇ ਅਤੇ ਆਖਿਰ ਇਹ ਕਿਸ ਪਾਰਟ ਨੂੰ ਵੋਟ ਪਾਉਣਗੇ ਅਤੇ ਕਿਉਂ ਵੋਟ ਪਾਉਣਗੇ ਹਾਂਜੀ ਸਾਡੇ ਤਾਂ ਇੱਥੇ ਨਾਗਰਾ ਸਾਹਿਬ ਨੇ ਬਹੁਤ ਵਧੀਆ ਕੰਮ ਕਰਵਾਏ ਨੇ ਜੀ ਹਾਂਜੀ ਸੀਵਰੇਜ ਦਾ ਕੰਮ ਸੜਕਾਂ ਦਾ ਕੰਮ ਪਹਿਲਾਂ ਬਾਦਲ ਸਾਹਿਬ ਉਹਨਾਂ ਦੇ ਟਾਈਮ 'ਚ ਵੀ ਬਹੁਤ ਵਧੀਆ ਕੰਮ ਹੁੰਦਾ ਰਿਹਾ ਜੀ ਅਤੇ ਜੇ ਕੰਮ ਨੂੰ ਦੇਖੀਏ ਵੀ ਨਾਗਰਾ ਸਾਹਿਬ ਨੇ ਜ਼ਿਆਦਾ ਕਰਵਾਇਆ ਜਾਂ ਫਿਰ ਅਕਾਲੀ ਦਲ ਨੇ ਜਾਂ ਫਿਰ ਜੋ ਪਹਿਲਾਂ ਆਮ ਆਦਮੀ ਪਾਰਟੀ ਦੇ ਰਹੇ ਸੀਗੇ ਹੈ ਨਾ ਐਮ ਪੀ ਰਹੇ ਆ ਉਹਨਾਂ ਦਾ ਜਾਂ ਫਿਰ ਹੁਣ ਤੁਸੀਂ ਕਿਸ ਉਮੀਦਵਾਰ ਦੇ ਹੱਕ ਦੇ ਵਿੱਚ ਵੋਟਾਂ ਪਾਉਂਗੇ ਦੇਖੋ ਇਹ ਤਾਂ ਕੁਛ ਕਹਿ ਨਹੀਂ ਸਕਦੀ ਹਾਲੇ ਮਤਲਬ ਸੋਚਿਆ ਨਹੀਂ ਹਾਲੇ ਕਿਸ ਪਾਰਟੀ ਨੂੰ ਵੋਟ ਪਾਉਣੀ ਹੈ ਸੋਚਿਆ ਨਹੀਂ ਹਾਲੇ ਅਤੇ ਫਿਰ ਤੁਸੀਂ ਜਿਵੇਂ ਕਹਿ ਰਹੇ ਹੋ ਵਿਕਾਸ ਹੋਇਆ ਹੈ ਨਾ ਜਾਂ ਵਿਕਾਸ ਹੋ ਰਿਹਾ ਉਹਦੇ ਬਾਰੇ ਫਿਰ ਤੁਸੀਂ ਕੀ ਕਹਿਣਾ ਚਾਹੋਗੇ ਵਿਕਾਸ ਤਾਂ ਨਾਗਰਾ ਸਾਹਿਬ ਨੇ ਬਹੁਤ ਵਧੀਆ ਉਰੇ ਕਰਵਾਇਆ ਜੀ ਜਿਵੇਂ ਪਾਣੀ ਦੀ ਟੈਂਕੀ ਦਾ ਕੰਮ ਹੈ
ਮੈਂ ਚੱਕੀ ਦਾ ਕੰਮ ਕਰਦਾ ਜੀ, ਮੇਰੇ ਕੋਲ ਸਾਰੇ ਕਿਸਾਨ ਆਉਂਦੇ ਨੇ, ਸਭ ਬਹੁਤ ਵਧੀਆ ਮੌਜਾਂ 'ਚ ਨੇ, ਕੋਈ ਕਿਸਾਨਾਂ 'ਤੇ ਭੀੜ ਨਹੀਂ ਹੈਗੀ, ਐਨ ਬੜੇ ਖੁਸ਼ੀ ਨਾਲ ਰਹਿੰਦੇ ਨੇ। ਅਤੇ ਬੇਰੁਜ਼ਗਾਰੀ ਦੇ ਮੁੱਦੇ ਨੂੰ ਕਿੱਥੋਂ ਕੁ ਦੇਖਦੇ ਹਾਂ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਬੇਰੁਜ਼ਗਾਰ ਦਾ ਮੁੱਦਾ ਬਹੁਤ ਵੱਡਾ ਮੁੱਦਾ, ਨੌਜਵਾਨ ਬਾਹਰਲੇ ਦੇਸ਼ਾਂ ਵੱਲ ਜ਼ਿਆਦਾ ਜਾ ਰਹੇ ਹੈ, ਅਤੇ ਇੱਥੇ ਤੁਹਾਡੇ ਏਰੀਏ ਦਾ ਕੀ ਹਾਲ ਆ, ਤੁਹਾਡੇ ਪਿੰਡ ਦਾ, ਕਿੰਨੇ ਕੁ ਨੌਜਵਾਨ ਬਾਹਰ ਜਾਂਦੇ ਜਾਂ ਫਿਰ ਇੱਥੇ ਰੁਜ਼ਗਾਰ ਵਧੀਆ ਮਿਲਿਆ ਹੋਇਆ ਉਹਨਾਂ ਨੂੰ? ਸਾਡੇ ਇਲਾਕੇ ਦਾ ਰੁਜ਼ਗਾਰ ਬਹੁਤ ਵਧੀਆ ਜੀ, ਰੱਜ ਕੇ ਰੋਟੀ ਖਾਂਦੇ ਨੇ ਜੀ। ਮਤਲਬ ਤੁਸੀਂ ਖੁਸ਼ ਹੋ ਸਰਕਾਰ ਤੋਂ? ਹਾਂਜੀ। ਸੈਂਟਰ ਦੇ ਵਿੱਚ ਕਿਹਦੀ ਸਰਕਾਰ ਆਉਣੀ ਚਾਹੀਦੀ ਹੈ? ਇਹ ਹਾਲੇ ਕੁਛ ਨਹੀਂ ਪਤਾ ਲੱਗ ਸਕਦਾ ਜੀ। ਮਤਲਬ ਤੁਹਾਡੇ ਇਲਾਕੇ ਦੇ ਵਿੱਚ ਕਿਸ ਚੀਜ਼ ਦੀ ਹਵਾ, ਕਾਂਗਰਸ ਦੀ ਹੈ, ਅਕਾਲੀ ਦਲ ਦੀ? ਦੋਨਾਂ ਪਾਰਟੀਆਂ ਦੀ ਹਵਾ ਜੀ। ਅਸੀਂ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਲੋਕ ਸਭਾ ਸੀਟ ਦਾ ਸੂਰਤ ਹਾਲ ਜਾਣ ਲਈ ਪਹੁੰਚੇ ਹਾਂ ਇੱਥੋਂ ਦੇ ਪਿੰਡ ਤਲਾਣੀਆਂ ਦੇ ਵਿੱਚ, ਜਿੱਥੇ ਕਿ ਸਾਡੇ ਵਿੱਚ ਸੱਥ ਲੱਗੀ ਹੋਈ ਹੈ। ਅਤੇ ਅਸੀਂ ਇਹਨਾਂ ਤੋਂ ਪੁੱਛਾਂਗੇ ਕਿ ਆਖਿਰ ਇਸ ਪਿੰਡ ਦੇ ਵਿੱਚ ਕਿੰਨਾ ਕੁ ਵਿਕਾਸ ਹੋਇਆ, ਕਿਹੜੇ ਇਹਨਾਂ ਦੇ ਮੁੱਦੇ ਨੇ, ਅਤੇ ਕਿਸ MP ਨੂੰ ਇਹ ਵੋਟ ਪਾਉਣਗੇ? ਹਾਂਜੀ, ਬਗਾਗੜ੍ਹ ਸਾਹਿਬ ਦੇ ਸਾਹਮਣੇ ਦਿਖ ਰਿਹਾ ਤੁਹਾਨੂੰ, ਆਹ ਦੇਖ ਲਓ ਜਿੰਨਾ ਕੁ ਵਿਕਾਸ ਹੋ ਗਿਆ, ਕਿਉਂਕਿ ਪੈਸਾ ਤਾਂ ਸੈਂਟਰ ਗੌਰਮੈਂਟ ਨੇ ਭੇਜਿਆ ਸੀ, 97 ਕਰੋੜ ਪਹਿਲਾਂ ਭੇਜਿਆ, 47 ਕਰੋੜ ਬਾਅਦ 'ਚ ਭੇਜਿਆ, ਅਤੇ ਤੁਸੀਂ ਹਿਸਾਬ ਲਾ ਲਓ ਉਹਦਾ ਕਿੰਨਾ ਕੁ ਲਾਇਆ ਇਹਨਾਂ ਨੇ, ਕਿੰਨਾ ਕੁ ਹੋਰ। ਅਤੇ ਤੁਸੀਂ ਕਿਸ ਉਮੀਦਵਾਰ ਨੂੰ ਵੋਟ ਪਾਉਂਗੇ? ਇਹ ਤਾਂ ਅਕਾਲੀ ਹਾਂ, ਕਿਰਪਾਨ ਵਾਲਾ। ਅਤੇ ਮੌਜੂਦਾ ਹਾਲਾਤ ਦੇ ਵਿੱਚ ਸੈਂਟਰ ਦੇ ਵਿੱਚ ਕਿਸ ਦੀ ਸਰਕਾਰ ਲੱਗਦੀ ਹੈ? ਮੋਦੀ ਆਊਗਾ। ਅੱਛਾ ਜੀ, ਸ਼ੋਰਲੀ, 100% ਪੂਰਾ ਕੰਫੀਡੈਂਸ, ਆਈ ਸ਼ੋਰ ਐਸ ਡੈਥ, ਆਈ ਸ਼ੋਰ ਐਸ ਡੈਥ ਹੀ ਵਿਲ ਕਮ। ਅਤੇ ਜੋ ਹੋਰ ਆਪਾਂ ਕਹਿ ਸਕਦੇ ਹਾਂ ਵੀ ਗਿਆਸਪੁਰਾ ਵੀ ਇੱਥੇ ਖੜ੍ਹੇ ਹੈ ਨਾ, ਉਹਨਾਂ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਗਿਆਸਪੁਰਾ ਵੀ ਠੀਕ ਆ, ਸਾਰੇ ਠੀਕ ਆ, ਬੰਦਾ ਕੋਈ ਮਾੜਾ ਨਹੀਂ ਹੈ, ਪਰ ਉਹ ਵੋਟ ਤਾਂ ਪਾਰਟੀਆਂ ਨੂੰ ਪੈਣੀ ਹੈ, ਬੰਦਾ ਕੋਈ ਮਾੜਾ, ਬੰਦਾ ਸਭ ਠੀਕ ਆ, ਜੋ ਤਾਂ IAS ਅਫਸਰ ਆ, ਗਿਆਸਪੁਰਾ ਵੀ ਇੰਜੀਨੀਅਰ ਆ, ਉਹ ਦੂਆ ਬੱਟੀ ਵੀ ਬੰਨੀ ਵੀ ਠੀਕ ਆ। ਅਤੇ ਤੁਹਾਡੇ ਕਿਹੜੇ ਮੁੱਦੇ ਤੁਸੀਂ ਕੀ ਸੋਚ ਕੇ ਵੋਟ ਪਾਉਂਦੇ ਹੋ? ਨਹੀਂ, ਅਸੀਂ ਤਾਂ ਇਹ ਦੇਖ ਰਹੇ ਵੀ ਓਵਰਆਲ ਕੰਟਰੀ 'ਚ ਕੀ ਹੋ ਰਿਹਾ, ਕੰਟਰੀ ਨੂੰ ਕੌਣ ਕੰਟਰੋਲ ਕਰੇਗਾ, ਇਹ ਮੁੱਦਾ ਤਾਂ ਇਹ ਆ ਮੇਨ, ਕਿ ਅਸੀਂ ਡਿਫੈਂਸ ਲਈ ਠੀਕ ਹਾਂ, ਓਵਰਆਲ ਕੀ ਸਾਨੂੰ ਸਾਰਾ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਫੈਸਲਾ ਲਓ। ਹਾਂ ਬਿਲਕੁਲ ਇਹੀ ਆ, ਜਿਹੜਾ ਵੀ ਪੱਖ ਹੋਏਗਾ, ਮਤਲਬ ਇਹ ਆ ਵੀ ਤਰੱਕੀ ਕਿਹੜਾ ਪੱਖ ਸਾਨੂੰ ਦੇ ਸਕਦਾ। ਤੁਸੀਂ ਆਪਣੇ ਦੇਸ਼ ਦੀ ਤਰੱਕੀ ਚਾਹੁੰਦੇ ਹੋ? ਬਿਲਕੁਲ, ਦੇਸ਼ ਦੀ ਤਰੱਕੀ ਔਰ 1 ਨੰਬਰ 'ਤੇ ਲਿਜਾਣਾ ਚਾਹੁੰਦੇ ਅਸੀਂ, ਜਦੋਂ ਕਿ ਹੁਣ 7ਵੇਂ ਨੰਬਰ 'ਤੇ ਆ ਗਏ, 11ਵੇਂ ਤੋਂ ਆ ਗਿਆ ਨਾ, ਯੂ ਐਗਰੀ ਵਿਦ ਮੀ? ਫਿਰ ਇੱਦਾਂ ਹੀ ਅਸੀਂ ਕਹਿੰਦੇ ਵੀ ਹੋਰ ਡਾਊਨ ਆਵੇ, ਤੀਜੇ ਚੌਥੇ ਇਹੋ ਜਿਹਾ ਪਲੈਨ ਬਣ ਰਿਹਾ ਕਿ ਤੀਸਰੇ ਚੌਥੇ 'ਤੇ ਆਏਗਾ ਇਨ ਫਿਊਚਰ ਚਾਹੀਦਾ। ਇਹਨੇ ਸਾਡੇ ਨਾਲ ਵਾਅਦਾ 1 ਰੈਂਕ ਪੈਨਸ਼ਨ ਦਾ ਕਰਕੇ ਅੱਜ ਤੱਕ ਸਾਨੂੰ ਗਲੀਆਂ 'ਚ ਸੜਕਾਂ 'ਤੇ ਰੋਲ ਕੇ ਰੱਖ ਦਿੱਤਾ। ਮੈਂ ਰਿਟਾਇਰ ਫੌਜੀ ਹਾਂ, ਵੀ ਰਿਟਾਇਰ ਫੌਜੀ, ਲੇਕਿਨ ਇਹ ਬੋਲਣਾ ਨਹੀਂ ਚਾਹੁੰਦੇ। ਮੈਂ ਬੋਲਦਾ, ਮੈਂ ਹਰ ਇੱਕ ਮੀਟਿੰਗ 'ਤੇ ਜਾਂਦਾ, ਹਰ ਇੱਕ ਰੈਲੀ 'ਤੇ ਜਾਂਦਾ ਦਿੱਲੀ। ਇਹਨੇ ਲੋਕਾਂ ਨਾਲ ਇੰਡੇ ਡੇ ਵਾਅਦੇ ਕਰਤੇ, ਲੇਕਿਨ ਅੱਜ ਤੱਕ ਕਿਸੇ ਦਾ ਵਾਅਦਾ ਕੋਈ ਪੂਰਾ ਕਰਿਆ? 15-15 ਲੱਖ ਰੁਪਈਆ ਖਾਤਿਆਂ 'ਚ ਆਏਗਾ, ਦਾਲਾਂ ਜਿਹੜੀਆਂ ਨੇ ਅੱਜ ਕਿਤੇ ਸਮਾਨ ਨੂੰ ਪਹੁੰਚੀਆਂ ਪਈਆਂ। ਕੀ ਗਰੀਬ ਆਦਮੀ ਕਮਾਉਂਦਾ 300 ਰੁਪਈਆ ਦਿਹਾੜੀ ਹੈ ਪੰਜਾਬ 'ਚ? ਕੀ ਬੰਦਾ ਉਹ 300 ਵਾਲਾ ਦਿਹਾੜੀ ਆ, ਮਜ਼ਦੂਰ ਆਪਣਾ ਟੱਬਰ ਪਾਲ ਲਏਗਾ? ਕਦੇ ਨਹੀਂ ਪਾਲ ਸਕਦਾ। ਇਸ ਕਰਕੇ ਇਹ ਮੋਦੀ ਜਿਹੜਾ ਹੈ, ਇਹ ਦੇਸ਼ ਨੂੰ ਕੰਗਾਲ ਕਰਕੇ ਰੱਖਤਾ ਇਹਨੇ, ਔਰ ਮੇਰਾ ਖਿਆਲ ਹੈ ਕਿ ਇਹਦੀਆਂ ਉਡਾਣਾਂ ਦਾ ਹਿਸਾਬ ਲਾਈਏ ਬਾਹਰ ਦੇ ਮੁਲਕਾਂ ਦੀਆਂ, ਇਹ ਬਾਹਰ ਦੇ ਮੁਲਕਾਂ 'ਚ ਵਿਕਿਆ ਹੈ, ਔਰ ਦੇਸ਼ ਨੂੰ ਵੇਚਿਆ ਇਹਨੇ, ਔਰ ਇਹਦਾ 60,000 ਕਰੋੜ ਰੁਪਈਆ ਇਹਦੇ ਬਾਹਰ ਦੀਆਂ ਉਡਾਣਾਂ ਦਾ ਬਣਿਆ, ਕਿ ਜਿਹੜਾ ਕਿ 10 ਸਾਲ ਕਾਂਗਰਸ ਕਰਕੇ ਗਈ ਸੀ ਪਹਿਲਾਂ ਸੈਂਟਰ 'ਚ, ਤਾਂ ਉਹਨਾਂ ਦਾ 600 ਕਰੋੜ ਬਣਿਆ 10 ਸਾਲ 'ਚ। ਇਹਨੂੰ ਤਾਂ ਬਾਹਰ ਦੇ ਮੁਲਕਾਂ ਨਾਲ ਹੈ, ਇਹਨੂੰ ਕੋਈ ਹਿੰਦੁਸਤਾਨ ਨਾਲ ਕੋਈ ਲਾਗਦਾਰ ਨਹੀਂ, ਕੋਈ ਲਾਗ ਹੈ ਹੀ ਨਹੀਂ ਪਈ ਹਿੰਦੁਸਤਾਨ ਨੂੰ, ਮੈਂ ਸਮਝਾਂ ਕਿਸੇ ਦੀ ਮੀਟਿੰਗ ਨਹੀਂ, ਕਿਸੇ ਦੀ ਸੁਣਾਈ ਨਹੀਂ, ਕਿਸੇ ਦਾ ਕੱਖ ਨਹੀਂ, 6 ਦਿਨ ਪਤਾ ਨਹੀਂ ਕਦੋਂ ਕਹੋਗੇ। ਤੁਸੀਂ ਚਾਹੁੰਦੇ ਵੀ 6 ਦਿਨ ਨਹੀਂ ਆਇਆ, ਸਿਰਫ ਵਾਅਦਾ ਹੀ ਸੀਗਾ? ਵਾਅਦਾ ਜੀ, ਬਿਲਕੁਲ ਵਾਅਦਾ ਹੀ, ਝੂਠੇ ਵਾਅਦੇ ਕਰਕੇ ਅੱਜ ਫਿਰ ਕਹਿੰਦਾ ਕਿ ਮੈਨੂੰ ਲਿਆਓ 5 ਸਾਲ ਲਈ। ਜੇ 5 ਸਾਲ ਲਈ ਆ ਜਾਂਦਾ, ਹਿੰਦੁਸਤਾਨ ਜਿਹੜਾ ਬਰਬਾਦ ਹੋ ਜਾਏਗਾ। ਬਸ਼ੱਕ BJP ਦਾ ਬੰਦਾ ਹੋਰ ਕੋਈ ਬਣ ਜਾਏ, ਲੇਕਿਨ ਮੋਦੀ ਨਹੀਂ ਬਣਨਾ ਚਾਹੀਦਾ। ਸਰ, ਤੁਹਾਡੇ ਕਿਹੜੇ ਮੁੱਦੇ ਰਹਿਣਗੇ? ਤੁਹਾਡੇ ਇੱਥੇ ਫਤਿਹਗੜ੍ਹ ਸਾਹਿਬ ਦੇ ਵਿੱਚ ਕਿਸ ਪਾਰਟੀ ਦੀ ਜ਼ਿਆਦਾ ਹਵਾ, ਅਤੇ ਸੈਂਟਰ ਦੇ ਵਿੱਚ ਕਿਸ ਦੀ ਸਰਕਾਰ ਆਊਗੀ? ਸੈਂਟਰ 'ਚ ਸਰਕਾਰ ਮੋਦੀ ਦੀ ਆਊਗੀ ਜੀ। ਕਾਂਗਰਸ ਨੇ ਬੜਾ ਬਦਤਮੀਜ਼ੀ ਕਰੀ ਆ, 2500 ਪੈਨਸ਼ਨ ਕਰੀ ਤੀ, 750 ਕਹਿ ਰਿਹਾ, ਮੋਬਾਇਲ ਫੋਨ ਦਊਂਗੇ। MLA ਉਰੇ ਨਾਗਰਾ ਸਾਹਿਬ ਫੋਨ ਖੋਹ ਕੇ ਲੈ ਗਿਆ ਵੀ ਫੋਨ ਪੂਰੇ ਕਰਨੇ ਆ।
आटा दा स्कीम बनाउणी आ। तेरी गल च बोलिया नहीं, फौजी बोली ना, तू बाद च तैनू पुछणगे दस दी। इन्होंने आटा दाल स्कीमां करियां, पेंशनां करियां, सारा कुछ करिया, एक भी कम नहीं करिया। करजा दी गल आ, करजा दो दो लख रुपया कहने, किसी का माफ नहीं करिया, सब झूठे वादे करिया कांग्रेस ने। जो रोज़गार मिल रहा है नौजवानों, बेरोज़गारी बहुत वड्डा मुद्दा, वो बारे की बोलो। वो बारे इन्होंने कहा था भी हरेक घर घर के थानू नौकरियां दूंगे, दिखाओ किनू नौकरी दी है। मेले भी लगाए थे रोज़गार मेले, बथेरे मेले लगाए हैं, जो झूठ दी पांडा फतेहगढ़ साहब च इन्हें नागरा साहब ने बिड़ा कर कराया वा। आ तलाणिया के झूठे वादे करी, मैं टैंकी लिया, ये दिल्ली की सरकार ने टाइम दी, अकाली दल की मोदी दे, ये तो बाद च बनया, हूँ इन्हें कितने लिया थी? सब झूठे हैं, लोग इतों भजाया, तखाण माजरे तो भजाया, एम एल ए अपना ब्राह्मण माजरे तो भजाया, तो होर एक दो पिंड जड़े हल्के दे पेने कई भजाया है। तो इस तुसी की सोचते हो मनविंदर सिंह ग्यासपुरा पी डी ओ लड़ रहे थे, आम आदमी पार्टी का कि रुझान है इतने? आम आदमी पार्टी का पहला थी जी, बथेरा इतने आ मुंडे जग मुंडे बैठे, इन्होंने बड़ी सपोर्ट करी है, पर एक बारी जित के मुड़ के उन्हें बूथी भी नहीं दिखाई भी मैं है क्या चीज़ हाँ। हूँ तो इतने आने बेचारे पाँच चार कट्ठे हो जाने जिमें असी बैठे हाँ, सारे सांझे ही हैं बैठे, ये नहीं पता कौन बैठा कौन नहीं, मुड़ के तो किसी ने नहीं पूछा, हूँ कोई नहीं है। तो मनविंदर सिंह ग्यासपुरा, मनविंदर सिंह ग्यासपुरे की तो हूँ अच्छे तो पहली बार सुने जी हाँ, सानू नहीं, और जोड़ा थोड़ा अपना बैंस भरा है वो हल्के का, उन्होंने पता होना, अच्छ तो अपने हल्के का दस सकते, क्योंकि इतों खड़े हैं ना। जो 1984 के हरियाणा के होंद चिलड़ ना के एक पिंड की खोज की सी उन्होंने, वो करके भी उन्होंने स्पोर्ट के इतों पंथक सीट आप कह सकते हैं ना, इतों उतारे उन्होंने, तो वो बारे तुम्हें लगता भी मुकाबला हैगा उन्होंने या सिर्फ कांग्रेस ते अकाली दल दा ही मुकाबला? नहीं, पार्टियां तो है जी दोए, बाकी जिन्हें कोई पढ़िया होना कोई लिखिया होना किसी के मन च दिमाग 84 दे विच इन्ने दंगे होए हैं, ठीक है हुण उरे होले, ये तो जिहड़ा पढ़ लैंदा उन्ने क देर असरा बरचे में जिहड़े तुहाडे ग्यासपुरे दे कहिंदा पता नहीं किन्ने क रोलदे आ उदों दे जांदे आ, ये उन्ना क चिर इन्हां नूं असर हुंदा है। पार्टियां दा झट्टा दोए आ, तीह पार्टी नहीं मोदी की जय जयकार हो जानी आ, बल्ले बल्ले चल रही है। ਤੁਹਾਡੇ ਇਲਾਕੇ ਦੇ ਵਿੱਚ ਕਿਹੜਾ ਯੋਗ ਉਮੀਦਵਾਰ ਜਿਹਦੇ ਹੱਕ ਤੁਸੀਂ ਵੋਟਾਂ ਪਾਉਂਗੇ? ਦੇਖੋ ਹੁਣ ਤੁਹਾਨੂੰ ਦੱਸ ਕੇ ਦੇ ਰਹੇ, ਇੱਕਦਮ ਫੌਜੀ ਦੋ ਬੋਲ ਜਿਹੜੇ ਨੇ ਵੀ ਇਹਨਾਂ ਨੇ ਫੌਜੀਆਂ ਵਾਸਤੇ ਮੋਦੀ ਨੇ ਕਿਹਾ ਸੀਗਾ ਵਨ ਰੈਂਕ ਵਨ ਪੈਨਸ਼ਨ, ਅਤੇ ਕਿਸਾਨਾਂ ਨੂੰ ਕਿਹਾ ਸੀਗਾ ਪ੍ਰਾਈਸ ਇੰਡੈਕਸ ਨਾਲ ਜੋੜੂਗਾ, ਕੁਛ ਵੀ ਨਹੀਂ ਕੀਤਾ ਉਹਨੇ। ਬਾਕੀ ਜਿਹੜੇ ਦੋ ਕੰਮ ਕੀਤੇ ਨੇ, ਕਾਹਲੀ ਦੇ ਵਿੱਚ ਪਹਿਲਾਂ ਨੋਟਬੰਦੀ ਕਰ ਲਈ, ਫਿਰ ਨੋਟ ਛਾਪਣੇ ਬਾਅਦ ਸ਼ੁਰੂ ਕੀਤੇ, ਲੋਕ ਬਾਜ਼ਾਰਾਂ 'ਚ ਖਾਲੀ ਤਰੇ ਫਿਰਦੇ ਸੀਗੇ। ਉਦੋਂ ਬਾਅਦ GST ਕੀਤੀ ਹੈ, ਉਹ 15 ਵਾਰੀ ਅਮੈਂਡਮੈਂਟ ਕਰ ਬੈਠਾ। ਜਿਹੜਾ ਕਾਨੂੰਨ ਬਣਾਉਣਾ ਹੁੰਦਾ ਹੈ ਉਹ ਪਹਿਲਾਂ ਉਹਨੂੰ ਉਹਦਾ ਚੈੱਕਆਊਟ ਕਰੀਦਾ ਹੈ ਜੀ, GST ਦਾ ਵੀ ਕਿੰਨਾ ਉਹਨੇ ਕਦੀ ਘਟਾ ਦਿੰਦਾ ਕਦੀ ਵਧਾ ਦਿੰਦੇ ਨੇ, ਉਹ ਬਸ ਜਿਵੇਂ ਗੱਪਾਂ ਮਾਰਨ ਦਾ ਸ਼ੌਕੀਨ ਹੈ ਜੀ ਮੋਦੀ ਸਾਹਿਬ। ਨੋਟਬੰਦੀ ਕਰਕੇ ਕਾਫੀ ਜ਼ਿਆਦਾ ਦਿੱਕਤ ਆਈ ਸੀ ਦੇਸ਼ ਵਾਸੀਆਂ, ਬਹੁਤ ਜ਼ਿਆਦਾ ਬਹੁਤ ਜ਼ਿਆਦਾ, ਬਹੁਤ ਲੋਕ ਬਿਲਕੁਲ ਘਰਾਂ 'ਚ ਬੈਠੇ ਸੀਗੇ, ਆ ਟੈਂਪੂ ਸਾਡੇ ਪਿੰਡ ਮੇਰਾ 100 ਹੈ, ਸਾਰੇ ਖੜ੍ਹੇ ਸੀਗੇ, ਕੋਈ 10 ਰੁਪਏ ਦੇਣ ਦੂ ਇਹਨਾਂ ਨੂੰ ਸਵਾਰੀ ਚੱਕਣ ਨੂੰ ਹੈ ਨਹੀਂ ਸੀ, ਮਤਲਬ ਟੋਟਲੀ ਸਾਰਾ ਕੁਛ ਖਤਮ ਹੋ ਗਿਆ ਸੀ ਉਹ 9 ਨਵੰਬਰ 2008 'ਚ ਜੀ। ਅਤੇ ਬਾਕੀ ਇਹ ਮੋਦੀ ਉਹਦਾ ਗੱਲ ਬੋਲਣ ਦੀ ਆਦਤ ਅਤੇ ਕਰੀ ਜਾਂਦਾ ਜੀ ਆਪਣਾ, ਅਤੇ ਬਾਕੀ ਗਿਆਸਪੁਰ ਦਾ ਤੁਸੀਂ ਪੁੱਛਦੇ ਹੋ ਅੱਛਾ ਕੈਂਡੀਡੇਟ ਹੈ ਜੀ, ਉਹ ਵੀ ਹੈਗਾ ਫਰੇ ਦੇ ਵਿੱਚ, ਉਹਨੂੰ 6 ਵੋਟਾਂ ਪੈਣਗੀਆਂ ਕਿਉਂਕਿ ਉਹਨੂੰ ਦੇਖੋ ਹੁਣ ਆਹ 6 ਪਾਰਟੀਆਂ ਨੇ ਮਾਇਆਵਤੀ ਬੈਂਸ ਬ੍ਰਦਰਸ ਖਹਿਰਾ ਗਾਂਧੀ ਫਿਰ CPI CPM ਫਿਰ ਅਮਾਨ ਸਾਡਾ ਅੰਮ੍ਰਿਤਸਰ ਅਕਾਲੀ ਦਲ ਵੀ ਉਹਨੂੰ ਸਪੋਰਟ ਕਰ ਰਿਹਾ ਜੀ, ਹਾਂ ਮੈਂ ਵੀ ਵੋਟ ਪਾਊਂਗਾ ਤੁਹਾਨੂੰ ਪਾਵਾਂਗਾ। ਤੇ ਕੈਪਟਨ ਸਰ ਸਰਕਾਰ ਬਾਰੇ ਕੀ ਕਹੋਗੇ, ਉਹਨਾਂ ਨੇ ਕਿੰਨਾ ਕੁ ਵਿਕਾਸ ਕੀਤਾ ਵਾਰ ਤੇ ਉਹ ਬਹੁਤ ਵੱਡਾ ਕਰਦੇ, ਉਹਨਾਂ ਨੇ ਆਪਣੇ ਰਿਸੋਰਸ ਦੇ ਹਿਸਾਬ ਨਾਲ ਸਲੋਲੀ ਸਲੋਲੀ ਕਰ ਰਹੇ ਨੇ ਜੀ, ਐਟਲੀਸਟ ਉਹ ਸਮਝ ਰਹੇ ਨੇ ਕਿ ਕਿਸਾਨਾਂ ਦੀ ਪ੍ਰੋਬਲਮਸ ਕੀ ਨੇ, ਉਹਨਾਂ ਨੂੰ ਫਿਰ ਉਹ ਆਪਣੇ ਰਿਸੋਰਸ ਦੇ ਹਿਸਾਬ ਨਾਲ ਠੀਕ ਕਰ ਰਹੇ ਨੇ। ਤੇ ਨਸ਼ਿਆਂ ਨੂੰ ਲੈ ਕੇ ਵੀ ਕਹਿੰਦੇ ਸਾਡਾ ਲੱਕ ਤੋੜਤਾ ਨਸ਼ਿਆਂ ਦਾ, ਨੌਜਵਾਨ ਪੀੜ੍ਹੀ ਨਸ਼ੇ ਤੋਂ ਪਿੱਛੇ ਹਟ ਚੁੱਕੀ, ਉਹ ਜਿਹੜੇ ਜਿੱਥੋਂ ਤੱਕ ਉਹ ਕਹਿੰਦੇ ਚਿੱਟਾ ਜਿਹੜਾ ਚਿੱਟਾ ਕੀ ਹੁੰਦਾ ਚਿੱਟਾ ਜੀ, ਉਹ ਜਿਹੜਾ ਸਮੈਕ ਔਰ ਹੈਰੋਇਨ ਅਤੇ ਜਿਹੜਾ ਉਹ ਜਿਹੜੀ ਉਹ ਨਾ ਘੱਟ ਉਹ ਤਾਂ ਘੱਟ ਗਈ ਜੀ ਬਿਲਕੁਲ, ਅੱਗੇ ਨਾਲੋਂ ਕਾਫੀ ਫਰਕ ਹੈ, ਲੇਕਿਨ ਦੂਜੇ ਚਲੋ ਉਹ ਤਾਂ ਰਵਾਇਤੀ ਨਸ਼ੇ ਚੱਲਦੇ ਨੇ ਹੈ ਜੀ, ਉਹਨਾਂ ਦਾ ਕੋਈ ਅੱਗੇ ਨਾਲੋਂ ਘਟਿਆ ਉਹ ਵੀ ਘਟਿਆ।
इस पिंड दे साथ दे विच असीं जाणिया कि हर एक उम्मीदवार की अपनी अपनी विचारधारा है, अपने अपने सोच दे नाल ते जो उन्हां नूं लगदा जिहड़ा योग उम्मीदवार है उसके हक दे विच उह वोटां पाउणगे। अते कईआं ने दावा कीता है कि मोदी सरकार ने देश का बेड़ा गर्क कर दिता, सिर्फ झूठे वादे ही किए। तो कई का कहना कि कांग्रेस सरकार ने कुछ भी नहीं किया, सिर्फ वड्डे वड्डे वादे किए। हाँ, कुछ काम किए ने पर वो नाकाफ़ी ने। आप कह सकते हैं कि इतों के मौजूदा जो लोग ने उस उम्मीदवार के हक वोटा पाएंगे जो कि इत का विकास करेगा, श्री फतेहगढ़ साहब की धरती ऊंचाइया लैके जाएगा, हर एक पक्ष के नाल विकास करेगा, चाहे रोज़गार का मुद्दा हो, बेरोज़गारी का मुद्दा हो, नशे मुद्दे होने या फिर विकास की गल हो। एक अजिहे उम्मीदवार की तलाश है जो कि इतों हर एक इन्हों की कसौटी पर खरा उतरेगा। पर हूँ यह तो आने वाला समा ही दसेगा कि आखिर इन्हों के हक के जो वोटा पागे, जिस उम्मीदवार को जिता के भेजेंगे इन्हों की कसौटी, तो उम्मीदवार कि खरा उतरूगा। यह तो आने वाली 19 मई में वोटा पैनगियां, 23 मई इस नतीजे आने जदों दुध दुध तो पानी का पानी सब के सामने होगा। तो श्री फतेहगढ़ साहब के लोग उस उम्मीदवार जिताएंगे जो इन्हों दिलों पर राज करेगा। यह तो हूँ आने वाला समा ही वेखेगा। सो इंतजार कर दें आने वाली 23 मई का। सारे इको जे ने, सारे वो जो अकाली ने, कांग्रेस ने, जोड़े पार्टी सारे इको जे ने, अपना लाभ सोचते हैं, हो गए तो लाभ सोचते नहीं है। इसलिए मैं ये कहना चाहता भी वोट पाने का कोई फायदा नहीं किसी को भी। तुम वोट पाओगे? वोट तो पा देंगे, पा देंगे, लेकिन पाँगा फायदा नहीं। सारे पाओगे किनूं? पाओगे किनूं? कांग्रेस को पावांगे जी। जे फिर कोई फायदा नहीं, फिर नोटा का बटन भी दबा सकते हैं क्योंकि कोई योग उम्मीदवार नहीं है। हाँ जी, वो तो गल तुहाडी बनदी, तुहाडी गल ठीक है जी। फिर नोटा का बटन नहीं ज्यादा बैटर है? चलो नहीं, जिमें भी हूँ सब की अपनी अपनी परसनल राय है ना, सब ने अपने अपने विचार रखे। किसी वोट पाने कोई फायदा नहीं है, बस वोट तो पा देंगे। वैसे कई पिंड बाइकाट भी कर चुके, भगवंत मान का बाइकाट हो चुका, या फिर हरसिमरत बादल का बहुत विरोध हो रहा, हर एक उम्मीदवार विरोध का सामना करना पै रहा। तो फिर हाँ, हर एक का हो रहा जी, हर एक कुछ नहीं किया, वादे झूठे। पेंशन कह रहे ना, पेंशन मैनू 250 to 22,000 मिल रही है, पेंशन मोदी ने आके बधाई आ। ये कहते पेंशन नहीं मिली, एक रेकी एक पेंशन जो एक रही है, हूँ एक रही 97 तो वह वोटा तो बाद आने। बिल्कुल ये मिलटरी का, वह मिलटरी का जोड़ा ये कहें बोफर कांड होया, जो किन्ना कि मिशन लिया, वो कहता ना सुप्रीम कोर्ट ने हाले पेंडिंग रखे हुआ केस। वो कहता भी चोर आ, यही नहीं चोर कही जाने, चोर तो एक नंबर जोड़ा मर गया, एक नंबर चोर क्लीयर हो गया, कोर्ट ने करता। इन्होंने तो कराया नहीं हाले मोदी चोर, फिर कौन चोर आ? मतलब आज जो पैसा ये भी जोड़ा सारा सेंट्रल गवर्नमेंट ने दिता हुआ, बादल साहब लेके आए हैं 97,000 करोड़ एक बार लिया, 50,000 147 करोड़ रुपया सेंट्रल गवर्नमेंट का, ये उदा काम नहीं करा रहे। कितने तो भरना तय का भरना, कहता टैक्स तेरे को मर जाता। सानू वोटा पाओ भी असी थानू कंबल देवे, वो भेट का बचा कहता भी कंबल देने देने कितों तो साड़ी लाइनी है, मेरी तो सब कुछ कट हो रहा, मेरा तो इनकम आई एम इनकम, मेरा पूरा परिवार इनकम टैक्स पे ही है, पूरा परिवार इनकम टैक्स पे ही है मेरा। असं पांच जी करते कमाऊ, पांच जी करते कमाऊ, पंजे इनकम टैक्स पे करते हैं, सब रिटर्न भर रहे हैं, दे रहे हैं। GST ने जोड़ा पैसा करोड़ों रुपया GST ने कमा के दता, उसे का सानू सारे कुछ दे रहे हैं सेंटर। हाले होर जोड़ा ये भेजा तो भेज दे, जो भेड़े रहूगी कहते जिंदगी दे बिचो बदल, जो भेड़ चीप इज चीप, विल नॉट बिकम एनीथिंग अदर। देखो जी, आ जोड़ा पिंड ये 80% काम जो नागरा करवा रहा, MLA जोड़ा मौजूदा, ये पैसा मंजूर करा के लिया ही नागरा, दिता ही अकाली सरकार ने, उदू अकाली सरकार 5 साल रही, उन्होंने की खून खोई। जब ये दोबारा MLA बनया फिर उन्हें यह काम शुरू करया, 2 साल होए ने, 2 साल के जिन्ना हुआ करीबन करीबन सरहद मंडी पिंड तलानिया भदगढ़ आलिया तो पिछे कलोनिया 80% काम नागरा साहब ने, अकालिया ने फतेहगढ़ साहब के बच्चे मौजूदा एक किट भी नहीं लाई अज तक, एक किट भी लाई हो सारिया सड़कों के उत्ते
ਬਦਗੜ ਤੋਂ ਲੈ ਕੇ ਤਲਾਣੀਆਂ ਤੱਕ ਆਓ ਬਾਹਰ ਤੱਕ ਬਿਜਲੀ ਲੱਗੀ ਹੈ। ਇੱਥੇ ਲੋਕ ਖੰਭੇ ਨਹੀਂ ਲੱਗਣ ਦਿੰਦੇ, ਖੰਭਾ ਪਟਾਉਣਾ ਸ਼ੁਰੂ ਕਰਤਾ ਸੀ, ਅਜੇ ਮੂਵੀ ਬਣੀ ਹੈ, ਆ ਖੰਭਾ ਪਟਾਉਣਾ ਸ਼ੁਰੂ ਕਰਤਾ ਜਿਹੜੇ ਲੋਕ ਨਹੀਂ ਚਾਹੁੰਦੇ। ਪਹਿਲਾਂ ਆਇਆ ਮਨਮੋਹਨ ਸਿੰਘ, ਮਨਮੋਹਨ ਸਿੰਘ ਮਨਮੋਹਨ ਸਿੰਘ ਆਇਆ ਪਹਿਲਾਂ ਪੈਸਾ ਪੈਸਾ ਅਕਾਲੀ ਸਰਕਾਰ ਕੋਈ ਖਾ ਗਈ, ਕੋਈ ਥੋੜ੍ਹਾ ਜਿਹਾ ਮੋੜ ਗਈ, 1% ਕੰਮ ਨਹੀਂ ਕੀਤਾ ਇਹਨਾਂ ਨੇ 5 ਸਾਲ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦਾ ਸੂਰਤ ਹਾਲ ਜਾਣਨ ਦੇ ਲਈ ਅਸੀਂ ਸੀਟਾਂ ਦਾ ਦੌਰਾ ਕੀਤਾ, ਲੋਕਾਂ ਤੋਂ ਜਾਣਿਆ ਕਿ ਆਖਰ ਉਹਨਾਂ ਦੇ ਕਿਹੜੇ ਮੁੱਦੇ ਨੇ ਅਤੇ ਉਹ ਕੀ ਚਾਹੁੰਦੇ ਨੇ। ਇਸੇ ਕੜੀ ਦੇ ਤਹਿਤ ਅੱਜ ਅਸੀਂ ਸ਼੍ਰੀ ਫਤਿਹਗੜ੍ਹ ਸਾਹਿਬ ਲੋਕ ਸਭਾ ਸੀਟ 'ਤੇ ਪਹੁੰਚੇ ਸੀ, ਜਿੱਥੇ ਅਸੀਂ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਸੀਟ ਦਾ ਸੂਰਤ ਹਾਲ ਜਾਣਿਆ, ਜਨਤਾ ਤੋਂ ਜਾਣਿਆ ਕਿ ਆਖਰ ਜਨਤਾ ਕੀ ਚਾਹੁੰਦੀ ਹੈ, ਉਹਨਾਂ ਦੇ ਕਿਹੜੇ ਮੁੱਦੇ ਨੇ ਅਤੇ ਕਿਹੜਾ ਉਮੀਦਵਾਰ ਯੋਗ ਉਮੀਦਵਾਰ ਹੈ ਜਿਸਦੇ ਹੱਕ ਦੇ ਵਿੱਚ ਉਹ ਵੋਟਾਂ ਪਾਉਣਗੇ। ਜੋ ਨਤੀਜਾ ਸਾਹਮਣੇ ਆਇਆ ਤਾਂ ਉਸਦੇ ਰਲਿਆ ਮਿਲਿਆ ਅਸਰ ਵੇਖਣ ਨੂੰ ਮਿਲਿਆ। ਕੁਝ ਨੌਜਵਾਨਾਂ ਦਾ ਕਹਿਣਾ ਹੈ ਕਿ ਇੱਥੇ ਵਿਕਾਸ ਹੋਇਆ ਅਤੇ ਕੁਝ ਦਾ ਕਹਿਣਾ ਕਿ ਇੱਥੇ ਕੋਈ ਯੋਗ ਕੈਂਡੀਡੇਟ ਹੀ ਨਹੀਂ ਜਿਸ ਨੂੰ ਕਿ ਉਹ ਵੋਟਾਂ ਪਾਉਣ। ਅਤੇ ਜੇਕਰ ਕੇਂਦਰ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਦੋਨੋਂ ਪਾਰਟੀਆਂ ਵਾਰੀ ਵਾਰੀ ਫਰੈਂਡਲੀ ਮੈਚ ਖੇਡਦੀਆਂ ਨੇ। ਸੋ ਇਹ ਤਾਂ ਸੀ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਜਨਤਾ ਦੀ ਰਾਏ, ਪਰ ਆਉਣ ਵਾਲੀ 19 ਮਈ ਨੂੰ ਇਹ ਵੋਟਾਂ ਪਾਉਣਗੇ ਅਤੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 23 ਮਈ ਨੂੰ ਆਵੇਗਾ। ਫਤਿਹਗੜ੍ਹ ਸਾਹਿਬ ਦੀ ਸੀਟ ਨੂੰ ਲੈ ਕੇ ਕੁਝ ਗੱਲਾਂ ਯਾਦ ਆਉਂਦੀਆਂ ਨੇ ਜੋ ਕਿ ਇੱਥੇ ਦੇ ਵਿਕਾਸ ਨੂੰ ਲੈ ਕੇ ਬਹੁਤ ਸਟੀਕ ਚਾਪਦੀਆਂ ਨੇ। ਜਾਣੇ ਉਹ ਕਿਹੜਾ ਨੇਤਾ ਮਹਾਨ ਹੋਵੇਗਾ ਜਿਹੜਾ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਵਿਕਾਸ ਕਰੇਗਾ, ਪਰ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਲੋਕ ਕਿਸ ਦੀ ਜਿੱਤ 'ਤੇ ਮੋਹਰ ਲਗਾਉਣਗੇ, ਕਿਸ ਦੀ ਝੋਲੀ ਦੇ ਵਿੱਚ ਜਿੱਤ ਪਾਉਣਗੇ ਅਤੇ ਕੌਣ ਫਤਿਹਗੜ੍ਹ ਸਾਹਿਬ ਦੇ ਲੋਕਾਂ ਦੇ ਦਿਲ 'ਤੇ ਰਾਜ ਕਰੇਗਾ। ਸੋ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਫਿਰ ਮਿਲਾਂਗੇ, ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ, ਧੰਨਵਾਦ। ਤੇਰੀ ਗੱਲ 'ਚ ਬੋਲਿਆ ਨਹੀਂ ਫੌਜੀ ਬੋਲੀ ਨਾ, ਤੇਰੀ ਗੱਲ 'ਚ ਬੋਲਿਆ ਨਹੀਂ ਫੌਜੀ ਬੋਲੀ ਨਾ। ਅਕਾਲੀ ਦਲ ਦਾ ਤਾਂ ਕੋਈ ਇਹਦੇ 'ਚ ਆਮ ਆਦਮੀ ਪਾਰਟੀ ਦਾ ਖਤਮ ਹੋ ਗਈ ਜੀ ਹੁਣ। ਅਸੀਂ ਤਾਂ ਦੋਨਾਂ ਸਰਕਾਰਾਂ ਤੋਂ ਖੁਸ਼ ਨਹੀਂ ਹੈਗੇ ਜੀ, ਕੋਈ ਵਾਅਦਾ ਨਹੀਂ ਉਹਨਾਂ ਦਾ ਪੂਰਾ ਹੋਇਆ ਅੱਜ ਤੱਕ, ਜਿਹੜੀ ਵੀ ਸਰਕਾਰ ਆਉਂਦੀ ਹੈ ਉਹ ਖਾਣ ਦੀ ਲੱਗਦੀ ਹੈ। ਸੌਂ ਖਾ ਕੇ ਗੁਟਕਾ ਸਾਹਿਬ ਦੀ ਸੌਂ ਖਾਧੀ ਇਹਨਾਂ ਨੇ, ਅਸੀਂ ਐਂ ਕਰਾਂਗੇ ਉਹ ਕਰਾਂਗੇ, ਕੁਛ ਨਹੀਂ ਕਰ ਰਹੇ। ਬੇਸ਼ੱਕ ਬੀਜੇਪੀ ਦਾ ਬੰਦਾ ਹੋਰ ਕੋਈ ਬਣ ਜਾਏ, ਲੇਕਿਨ ਮੋਦੀ ਨਹੀਂ ਬਣਨਾ ਚਾਹੀਦਾ। ਸ਼ਰਮ ਆਉਂਦੀ ਆ ਵੀ ਇਹ ਕਿੱਦਾਂ ਦੇ ਕਿਹੜੇ ਮੂੰਹ ਨਾਲ ਵੋਟਾਂ ਮੰਗ ਲੈਂਦੇ ਨੇ ਆ ਕੇ। ਗੱਪਾਂ ਮਾਰਨ ਦਾ ਸ਼ੌਕੀਨ ਹੈ ਜੀ ਮੋਦੀ ਸਾਹਿਬ। 80% ਕੰਮ ਨਾਗਰਾ ਸਾਹਿਬ ਨੇ, ਅਕਾਲੀਆਂ ਨੇ ਫਤਿਹਗੜ੍ਹ ਸਾਹਿਬ ਦੇ ਵਿੱਚ ਮੌਜੂਦਾ 1 ਇੱਟ ਵੀ ਨਹੀਂ ਲਾਈ ਅੱਜ ਤੱਕ।